ਮੈਨੂੰ ਐਂ ਸੀਗਾ ਵੀ ਗਾਣਾ ਚਾਹੇ ਪ੍ਰਿੰਸ ਜਾਂ ਨਾ ਰਿਕਾਰਡ ਹੋਵੇ ਕੋਈ ਗੱਲ ਨਹੀਂ, ਪਰ ਮੈਨੂੰ ਐਂ ਸੀ ਯਾਰ ਉਹਨਾਂ ਦੇ ਇੱਕ ਵਾਰੀ ਦਰਸ਼ਨ ਹੋ ਜਾਣ ਉਸ ਬੰਦੇ ਦੇ, ਉਸ ਰੂਹ ਦੇ, ਕਿ ਉਹ ਅੱਜ ਤੱਕ ਦਾ ਰਿਕਾਰਡ ਹੈ, ਭਾਵੇਂ ਉਹ ਮੇਰੇ ਵਰਗੇ ਮਾੜੇ ਕਲਾਕਾਰ ਨੇ ਗਾਇਆ ਉੱਥੇ ਜਿਹਨੂੰ ਨਹੀਂ ਕੁਛ ਆਉਂਦਾ, ਜੀ ਭਾਵੇਂ ਉਹ ਮਤਲਬ ਵੱਡਾ ਕਲਾਕਾਰ ਹੈ ਜਿਹੜਾ ਸੰਗੀਤ ਦਾ ਮਾਹਿਰ ਆ, ਉਹਨੇ ਗਾਇਆ, ਉਹ ਕੈਂਡਲ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਉਹ ਗਾਣਾ ਰਿਕਾਰਡ ਕਰ ਦਿੰਦੇ ਆ। ਮਤਲਬ ਮੋਸਟਲੀ ਕਹਿੰਦੇ ਵੀ ਲੋਕੀ ਕਨੇਡਾ ਜਾ ਕੇ ਯਾਰ ਫੋਨ ਕਰੇਗਾ, ਤੇ ਅਸੀਂ ਡੇਲੀ ਇੱਕ ਦੂਜੇ ਨਾਲ ਗੱਲ ਕਰਦੇ ਹੁੰਦੇ ਸੀ, ਤੇ ਇੱਕ ਦੂਜੇ ਨੂੰ ਹਾਸੇ ਨਾਲ ਕਹਿ ਦੇਣਾ ਯਾਰ ਬੱਸ ਕਰ ਹੁਣ ਮੇਰਾ ਸੌਣਾ ਨਹੀਂ, ਸੌਣ ਵੀ ਦੇ, ਜੀ ਜੀ ਮਤਲਬ ਜਿਵੇਂ ਅਗਲਾ ਕਹਿੰਦਾ ਵੀ ਯਾਰ ਫਾਲਤੂ ਟਾਈਮ ਹੀ ਤੇਰੇ ਕੋਲੇ ਨਾ ਗੱਲਾਂ ਜੀ ਜੀ ਕਰਨਾ, ਜੀ ਸੋ ਅਸੀਂ ਜੇ ਤਾਂ ਮੇਰੇ ਤੇ ਸੂਈ ਆ ਗਈ ਤਾਂ ਉਹਨਾਂ ਨੇ ਮੇਰਾ ਸਾਰੀ ਦਿਹਾੜੀ ਮੇਰੀ ਗੱਤ ਕਰੀ ਜਾਣੀ ਹੈ, ਜੀ ਮੇਰੇ ਨਾਲ ਕਮੇਡੀ ਹੋਈ ਜਾਣੀ ਹੈ, ਤੇ ਜੇ ਕਿਸੇ ਮਤਲਬ ਪਿੰਕੂ ਤੇ ਆ ਗਈ ਸੂਈ ਤਾਂ ਅਸੀਂ ਪਿੰਕੂ ਨੂੰ ਸਾਰਾ ਦਿਹਾੜੀ ਮਤਲਬ ਫੇਰੀ ਜਾਣੀ ਹੈ। ਉਹ ਲੋਕਾਂ ਵਾਸਤੇ ਵੀ ਕਾਹਦੀ ਕਲਾਕਾਰੀ, ਜਦੋਂ ਤੁਸੀਂ ਪਿਆਰ ਕਰਦੇ ਹੋ, ਤੁਸੀਂ ਚਾਹੁੰਦੇ ਹੋ ਇੱਕ, ਦੇਖੋ ਜਦੋਂ ਮੈਂ ਬੇਸ ਸ਼ੁਰੂ ਕੀਤਾ ਸੀਗਾ ਮੈਂ ਚਾਹੁੰਦਾ ਸੀ ਕਿ ਲੋਕੀ ਮੈਨੂੰ ਪਿਆਰ ਕਰਨ, ਲੋਕੀ ਜੀ ਤੁਸ ਹਰੇਕ ਆਰਟਿਸਟ ਦਾ ਸੁਪਨਾ ਹੁੰਦਾ ਨਾ ਵੀ ਯਾਰ ਮੇਰੇ ਨਾਲ ਵੀ ਫੋਟੋ ਕਰਾਉਣ ਖੜ ਕੇ ਜੀ ਜੀ ਜਾਂ ਮੇਰਾ ਵੀ ਆਟੋਗ੍ਰਾਫ ਲੈਣ, ਤੇ ਜੇ ਉਹ ਨੇੜੇ ਆਉਂਦੇ ਨੇ ਫਿਰ ਅਸੀਂ ਬਾਉਂਸਰ ਰੱਖ ਲੈਂਦੇ ਹਾਂ, ਫਿਰ ਪਿਆਰ ਕਰ ਬਿਲਕੁਲ ਜੀ। ਸਾਰੀ ਤੁਸੀਂ ਹਾਲਾਂਕਿ ਗਲਤੀ ਕੁੜੀਆਂ ਦੀ ਸੀ ਪਰ ਫਿਰ ਜੀ ਵੀ ਹੁਣ ਕੁੜੀਆਂ ਨੂੰ ਤਾਂ ਸਾਰਿਆਂ ਨੇ ਸਹੀ ਕਹਿਣਾ। ਤੇ ਮਨਜਿੰਦਰ ਦੇ ਇੱਥੇ ਪਾਈਆਂ ਸੀ ਪਰਚੀਆਂ, ਉਹ ਜੀ ਕਹਿੰਦੀ ਤੇਰੇ ਪਾਸੇ ਤੇ ਟੀਕਾ ਲਾਉਣਾ, ਉਹ ਕਹਿੰਦਾ ਭੈਣੇ ਵੀ ਤੂੰ ਬਾਂਹ ਤੇ ਲਾ ਦੇ, ਕਹਿੰਦੀ ਨਹੀਂ ਲੱਗਣਾ ਹੀ ਪਾਸੇ ਤੇ ਆ, ਜੀ ਕਹਿੰਦਾ ਨਹੀਂ ਤੂੰ ਬਾਂਹ ਤੇ ਲਾ ਦੇ ਅੰਦਰ ਹੀ ਜਾਣਾ, ਹਾਂਜੀ ਤੇ ਕਹਿੰਦੀ ਨਹੀਂ ਇਹ ਲੱਗਦਾ ਹੀ ਪਾਸੇ ਤੇ ਆ, ਕਹਿੰਦਾ ਖੜ ਜਾ ਫਿਰ। ਉਹਨੂੰ 15-20 ਮਿੰਟ ਪਰਚੀਆਂ ਕੱਢਣ ਤੇ ਲਾਏ, ਉਹਦੇ ਸਾਰੇ ਬੈੱਡ ਤੇ ਪਰਚੀਆਂ ਉਹਦੀ ਮਾਈਕਰੋ ਕੀਤੀਆਂ ਹੋਈਆਂ, ਉਹ ਕਹਿੰਦਾ ਇਹ ਨਾ ਗਿੱਲੀਆਂ ਹੋ ਜਾਣ, ਕਹਿੰਦੇ ਮੇਰੇ ਲਈ ਨਾ ਹੀ ਘਣੇ ਫੈਲ ਫਕਰ ਸੰਸਾਰ। ਅਸਲ 'ਚ ਸਾਡੀ ਜਿਹੜੀ ਖੇਡ ਆ ਉਹ ਪਰਮਾਤਮਾ ਦੇ ਵੱਲ ਹੋਣੀ ਚਾਹੀਦੀ ਆ। ਗੋਲ ਇਸ ਬੁਲੰਦੀ ਪੇ ਬਹੁਤ ਤਨਹਾ ਹੂੰ, ਇਸ ਬੁਲੰਦੀ ਪੇ ਬਹੁਤ ਤਨਹਾ ਹੂੰ, ਕਾਸ਼ ਮੈਂ ਸਭ ਕੇ ਬਰਾਬਰ ਹੋਤਾ। ਮਤਲਬ ਇੰਨੀ ਉਚਾਈ ਤੇ ਜਾ ਕੇ ਵੀ ਬੰਦਾ ਕਹਿ ਰਿਹਾ ਮੈਂ, ਮੇਰੇ ਕੋਲ ਖਾਲੀ ਭਾਣਾ ਹੈ ਨਾ ਹੋਰ ਕੁਛ। ਤੇ ਕਿੰਨਾ ਪਿਆਰ ਤੁਹਾਨੂੰ, ਜੋ ਪਿਆਰ ਤੁਹਾਨੂੰ ਇੱਥੋਂ ਮਿਲਿਆ ਉਹ ਪਿਆਰ ਤੁਹਾਨੂੰ ਉੱਥੋਂ ਵੀ ਮਿਲਦਾ ਰਿਹਾ? ਬਿਲਕੁਲ ਵੀਰੇ, ਮੈਂ ਪਹਿਲੇ ਦਿਨ ਹੀ ਮੇਰੇ ਨਾਲ, ਕਿਉਂਕਿ ਬਹੁਤ ਸਾਰੇ ਜੇ ਤੁਸੀਂ ਕਿਸੇ ਹੋਰ ਦੀ ਇਹਦੇ ਬਾਰੇ ਰਾਏ ਲਾਓਗੇ ਤਾਂ ਹੋ ਸਕਦਾ ਉਹ ਕਹੇ ਨਹੀਂ ਯਾਰ ਵੀ ਕੈਨੇਡਾ ਨੇ ਮੇਰੇ ਨਾਲ ਮਾੜੀ ਕੀਤੀ ਜਾਂ ਮਤਲਬ ਮੇਰੇ ਕੋਲ ਉੱਥੇ ਕੰਮ ਨਹੀਂ ਹੈਗਾ, ਬਹੁਤ ਬੁਰਾ ਹਾਲ ਹੈ। ਮੈਂ ਆਪਦਾ ਪਰਸਨਲ ਐਕਸਪੀਰੀਅੰਸ ਅੱਜ ਤੁਹਾਨੂੰ ਦੱਸ ਰਿਹਾ, ਕਿਉਂਕਿ ਆਸੇ ਪਾਸੇ ਤਾਂ ਬਹੁਤ ਕੁਛ ਵਾਪਰਦਾ ਆ, ਮਾੜਾ ਪੰਜਾਬ 'ਚ ਵੀ ਹੋ ਰਿਹਾ, ਮਾੜਾ ਕੈਨੇਡਾ 'ਚ ਵੀ ਹੋ ਰਿਹਾ, ਜੀ ਪਰ ਮੇਰੇ ਨਾਲ ਕੁਛ ਇਹੋ ਜਿਹਾ ਹਜੇ ਮਾਰੇ ਦੀ ਕਿਰਪਾ ਨਾਲ ਨਹੀਂ। ਮਤਲਬ ਮੈਨੂੰ ਪਰਮਾਤਮਾ ਵੱਲੋਂ ਬੜੀ ਸਪੋਰਟ ਮਿਲੀ, ਮੇਰੇ ਘਰੋਂ ਬਹੁਤ, ਮੇਰੀ ਵਾਈਫ ਨੇ ਮਤਲਬ ਮੈਨੂੰ ਬਹੁਤ ਸਪੋਰਟ ਕੀਤੀ, ਉਹਨੇ ਕਿਹਾ ਵੀ ਕੋਈ ਗੱਲ ਨਹੀਂ ਤੂੰ 2-4 ਮਹੀਨੇ ਵੇਖ, ਮਤਲਬ ਹੈ ਨਾ ਤੁਸੀਂ ਦੇਖੋ ਵੀ ਆਪਦਾ ਅਕੈਡਮੀ ਵਾਲੇ ਪਾਸੇ ਤੁਸੀਂ ਆਪਦਾ ਥੋੜ੍ਹਾ ਜਿਹਾ ਅਪਰੋਚ ਕਰੋ, ਲੋਕਾਂ ਨੂੰ ਮਿਲੋ ਜਾ ਕੇ, ਹੈ ਨਾ। ਤਾਂ ਮਤਲਬ ਮੈਂ ਉਸ ਗੱਲ ਵੱਲ ਧਿਆਨ ਦਿੱਤਾ, ਉਹਨੇ ਮਿਹਨਤ ਕੀਤੀ, ਹੈ ਨਾ, ਆਪਦੀ ਉਹ ਪ੍ਰੋਪਰ ਜੋਬ ਆ ਉਹਨਾਂ ਕੋਲੇ, ਉਹਨਾਂ ਦੀ ਜੋਬ ਨਾਲ ਅਸੀਂ ਆਪਦਾ ਘਰ ਦਾ ਰੈਂਟ ਵਗੈਰਾ ਖਰਚਾ ਸਾਰਾ ਤੋਰਦੇ ਰਹੇ, ਪਰ ਮਹਾਰਾਜ ਨੇ ਮਤਲਬ ਬਹੁਤ ਥੋੜੇ ਸਮੇਂ ਦੇ ਵਿੱਚ ਕਿਰਪਾ ਕੀਤੀ। ਤੇ ਮਤਲਬ ਹੁਣ ਮੈਂ ਉਹੀ ਗੱਲ ਵੀ ਉੱਥੇ ਇੱਕ ਪਰਿਵਾਰ ਜਿਹੜਾ ਮੈਨੂੰ ਐਂ ਲੱਗਦਾ ਵੀ ਮੇਰਾ ਮਿਊਜ਼ਿਕ ਵਾਲਾ ਪਰਿਵਾਰ ਜਿਹੜਾ ਇੱਥੇ ਸੀਗਾ ਹੁਣ ਇੱਕ ਉੱਥੇ ਵੀ ਵਸਦਾ। ਬਿਲਕੁਲ ਬਿਲਕੁਲ ਜੀ, ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਨੂੰ ਸੁਣ ਕੇ ਕਿ ਜਦੋਂ ਆਪਾਂ ਵੇਖਦੇ ਹਾਂ ਨਾ ਬੱਚੇ ਜਾਂਦੇ ਆ ਵਿਚਾਰੇ ਰੁੱਲ ਜਾਂਦੇ ਆ ਉੱਥੇ, ਜੀ ਜੀ ਠੀਕ ਹੈ, ਤੇ ਚਲੋ ਵੀ ਸਾਡਾ ਜੋ ਭਰਾ ਸਾਡਾ ਵੀਰ ਇੰਨੀਆਂ ਤਰੱਕੀਆਂ ਮਾਰ ਰਿਹਾ ਤੇ ਦੂਜਿਆਂ ਨੂੰ ਵੀ ਇੱਕ ਸਹੀ ਰਾਹ ਤੇ ਤੋਰਦਾ ਪਿਆ। ਬਿਲਕੁਲ ਬਿਲਕੁਲ। ਤੇ ਵੀਰ ਜੀ ਇੱਕ ਆਪਾਂ ਫਿਊਚਰ ਪ੍ਰੋਜੈਕਟ ਦੀ ਗੱਲ ਕਰਦੇ ਪਏ ਸੀਗੇ ਕਿ ਸਾਨੂੰ ਤੁਸੀਂ ਦੱਸਿਆ ਸੁਣਨ 'ਚ ਆਇਆ ਜੀ ਜੀ ਕਿ ਦਿਲਜੀਤ ਭਾਜੀ ਦੀ ਮੂਵੀ ਲਈ ਤੁਸੀਂ ਏ ਆਰ ਰਹਿਮਾਨ ਦੇ ਬੋਰਡ ਅੰਦਰ ਤੁਸੀਂ ਇੱਕ ਸੌਂਗ ਕਰਦੇ ਪਏ ਹੋ, ਤੇ ਤੁਸੀਂ ਅੱਜ ਖੁੱਲ੍ਹ ਕੇ ਪਲੀਜ਼ ਉਸ ਗੱਲ ਬਾਰੇ ਜ਼ਰੂਰ ਦੱਸੋ। ਹਾਂਜੀ, ਪਹਿਲੀ ਗੱਲ ਤਾਂ ਨਾਮ ਬਹੁਤ ਵੱਡਾ ਆ ਨਾ, ਬਿਲਕੁਲ ਜੀ, ਮਤਲਬ ਲੈਣ ਲੱਗਿਆ ਦੋਵਾਂ ਕੰਨਾਂ ਨੂੰ ਹੱਥ ਲੱਗ ਜਾਂਦਾ ਜੀ ਜੀ ਏ ਆਰ ਰਹਿਮਾਨ ਸਾਹਿਬ, ਕਿਉਂਕਿ ਹਰੇਕ ਆਰਟਿਸਟ ਦਾ ਜਿਹੜਾ ਉਹ ਸੰਗੀਤ ਜਗਤ ਦੇ ਨਾਲ ਸੰਬੰਧ ਰੱਖਦਾ ਜੀ, ਉਹਦਾ ਇੱਕ ਸੁਪਨਾ ਹੁੰਦਾ ਕਿ ਮੈਂ ਏ ਆਰ ਰਹਿਮਾਨ ਸਾਹਿਬ ਨਾਲ ਕੰਮ ਕਰਨਾ। ਬਿਲਕੁਲ ਜੀ। ਤੇ ਉਹ ਆਪਦੀ ਵਾਹ ਵੀ ਲਾਉਂਦਾ ਹੈ ਨਾ ਰਹਿੰਦੀ ਜ਼ਿੰਦਗੀ ਤੱਕ, ਜੀ ਤੇ
ਪਰਮਾਤਮਾ ਦਾ ਹੀ ਸ਼ੁਕਰ ਹੈ, ਮੈਂ ਮਤਲਬ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਬੜੇ ਵੱਡੇ ਵੱਡੇ ਫਨਕਾਰ ਪੰਜਾਬ ਦੀ ਧਰਤੀ ਤੇ ਬੈਠੇ ਨੇ, ਜੀ ਪਰ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਹਨ। ਜੀ ਫਿਲਮ ਬਹੁਤ ਵੱਡੀ ਹੈ ਹਨ, ਤੇ ਉਹਦੇ ਵਿੱਚ ਜਿਹੜੀ ਡਾਇਰੈਕਸ਼ਨ ਹੈ ਉਹ ਇਮਤਿਆਜ਼ ਅਲੀ ਸਰ ਦੀ, ਮਿਊਜ਼ਿਕ ਏ ਆਰ ਰਹਿਮਾਨ ਸਾਹਿਬ ਦਾ, ਔਰ ਜੀ ਇਰਸ਼ਾਦ ਕਾਮਿਲ ਉਹਨਾਂ ਦੇ ਜਿਹੜੇ ਬੋਲ ਨੇ, ਲਿਰਿਕਸ ਨੇ। ਜੀ ਤੇ ਮੈਨੂੰ ਐਂ ਸੀਗਾ ਵੀ ਗਾਣਾ ਚਾਹੇ ਪ੍ਰਿੰਸ ਸਿਆ ਨਾ ਰਿਕਾਰਡ ਹੋਵੇ ਕੋਈ ਗੱਲ ਨਹੀਂ, ਪਰ ਮੈਨੂੰ ਐਂ ਸੀ ਯਾਰ ਉਹਨਾਂ ਦੇ ਇੱਕ ਵਾਰੀ ਦਰਸ਼ਨ ਹੋ ਜਾਣ ਉਸ ਜੀ ਬੰਦੇ ਦੇ, ਉਸ ਰੂਹ ਦੇ, ਕਿਉਂਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਜਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਮਤਲਬ ਮੈਂ ਕਮਾਲ ਮੰਨ ਗਿਆ ਉਹਨਾਂ ਨੂੰ। ਉਹ ਸੌਂਦੇ ਕਿਹੜੇ ਵੇਲੇ ਨੇ ਮੈਨੂੰ ਇਹ ਨਹੀਂ ਪਤਾ, ਜੀ ਮੈਂ ਜਦੋਂ ਵੀ ਉਹਨਾਂ ਨੂੰ ਦੇਖਿਆ 2 ਵਜੇ ਰਾਤ ਨੂੰ ਵੇਖਿਆ ਤਾਂ ਵੀ ਉਹ ਜਾਗਦੇ ਨੇ, ਜੀ ਜੇ ਦਿਨੇ 12 ਵਜੇ ਵੇਖਿਆ ਤਾਂ ਵੀ ਉਹ ਜਾਗਦੇ ਨੇ। ਫਿਰ ਉਹ ਸੁਣਿਆ ਵੀ ਕਿਸੇ ਸ਼ੋਅ ਦੇ ਵਿੱਚ ਗਏ ਨੇ, ਉਹਨਾਂ ਦਾ ਮਤਲਬ ਰਿਐਲਿਟੀ ਸ਼ੋਅ ਦੇ ਵਿੱਚ ਉਹ ਜੀ ਸੀਗੀ ਹਨਾ, ਤਾਂ ਮਤਲਬ ਮੈਨੂੰ ਫਿਰ ਅਗਲੇ ਦਿਨ ਮੈਂ ਪੁੱਛਿਆ, ਕਹਿੰਦੇ ਵੀ ਸਿੰਗਾਪੁਰ ਨੂੰ ਗਏ ਨੇ, ਜੀ ਮਤਲਬ ਉਹ ਬੰਦੇ ਸੌਂਦੇ ਕਦੋਂ ਹੈ, ਜੀ ਉਹ ਇਬਾਦਤ ਹੀ ਕਰਦੇ ਰਹਿੰਦੇ ਮਿਊਜ਼ਿਕ ਨਾਲ। ਬਿਲਕੁਲ ਉਹ ਬਿਲਕੁਲ ਜਦੋਂ ਉਹਨਾਂ ਦੇ ਇੱਕ ਰਿਕਾਰਡਿੰਗ ਕਰਨ ਦਾ ਤੁਹਾਨੂੰ ਤਰੀਕਾ ਦੱਸਦਾ, ਬੜੀ ਗੁੱਝੀ ਗੱਲ ਆ। ਜਦੋਂ ਕਿਸੇ ਵੀ ਆਰਟਿਸਟ ਦੀ ਰਿਕਾਰਡਿੰਗ ਕਰਨੀ ਹੈ, ਉਹਨਾਂ ਨੂੰ ਕੈਬਨ ਦੇ ਵਿੱਚ ਮਾਈਕ ਦੇ ਮੂਹਰੇ ਖੜਾ ਦਿੰਦੇ, ਇੱਕ ਕੈਂਡਲ ਲਾ ਦਿੰਦੇ ਵੱਡੀ ਸਾਰੀ ਇੰਨੀ ਸਾਰੀ, ਜੀ ਉਹਨਾਂ ਰਿਕਾਰਡਿੰਗ ਦੇ ਵਿੱਚ ਇੱਕ ਇੱਕ ਲਾਈਨ ਰਿਕਾਰਡ ਕਰਨੀ ਹੁੰਦੀ ਹੈ, ਇੱਕ ਲਾਈਨ ਨੂੰ 100 ਵਾਰੀ ਵੀ ਗਾਉਣਾ ਪੈ ਜਾਂਦਾ ਕਈ ਵਾਰੀ, ਜੀ ਮਤਲਬ 2 ਘੰਟਿਆਂ ਦੇ ਵਿੱਚ ਵੀ ਗਾਣਾ ਹੋ ਸਕਦਾ ਤੇ 20 ਘੰਟੇ ਵੀ ਲੱਗ ਸਕਦੇ ਆ, ਜੀ ਠੀਕ ਹੈ। ਉਹ ਮੋਮਬੱਤੀ ਬੁਝਣ ਤੋਂ ਪਹਿਲਾਂ ਪਹਿਲਾਂ ਉਹ ਗਾਣਾ ਰਿਕਾਰਡ ਕਰ ਦਿੰਦੇ ਆ, ਅੱਜ ਕਿਆ ਤੱਕ ਦਾ ਬਾਤ ਰਿਕਾਰਡ ਹੈ, ਭਾਵੇਂ ਉਹ ਮੇਰੇ ਵਰਗੇ ਮਾੜੇ ਕਲਾਕਾਰ ਨੇ ਗਾਇਆ ਉੱਥੇ ਜਿਹਨੂੰ ਨਹੀਂ ਕੁਛ ਆਉਂਦਾ, ਜੀ ਭਾਵੇਂ ਉਹ ਮਤਲਬ ਵੱਡਾ ਕਲਾਕਾਰ ਹੈ ਜਿਹੜਾ ਸੰਗੀਤ ਦਾ ਮਾਹਿਰ ਆ, ਉਹਨੇ ਗਾਇਆ, ਉਹ ਕੈਂਡਲ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਉਹ ਗਾਣਾ ਰਿਕਾਰਡ ਕਰ ਦਿੰਦੇ ਆ। ਜੀ ਕਿਆ ਤਾਂ ਬਾਤ ਹੈ ਜੀ, ਮਤਲਬ ਮੈਂ ਵੀ ਉਹ ਨੋਟ ਕੀਤੀ ਵੀ ਇੰਨੀ ਕੈਂਡਲ ਹਜੇ ਪਈ ਸੀ ਜਦੋਂ ਅਸੀਂ ਬਾਹਰ ਆ ਗਏ ਸੀ। ਜੀ 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 ਹਾਂ, ਤਾਂ ਉਹ ਉਹਨਾਂ ਦੇ ਦਰਸ਼ਨ ਕਰਨਾ, ਤਾਂ ਗਾਣਾ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਆ ਹੀ ਰਿਹਾ, ਫਾਈਨਲ ਹੋ ਜੀ ਚੁੱਕਿਆ, ਪਰ ਮੈਨੂੰ ਐਂ ਸੀ ਵੀ ਗਾਣਾ ਚਾਹੇ ਨਾ ਰਿਕਾਰਡ ਹੋਵੇ, ਉਹਨਾਂ ਸ਼ਖਸੀਅਤਾਂ ਨੂੰ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਦਰਸ਼ਨ ਜ਼ਰੂਰ ਕਰਨੇ। ਬਿਲਕੁਲ ਜੀ, ਬਹੁਤ ਵੱਡੀ ਗੱਲ ਹੈ ਕਿ ਸਾਡੇ ਸ੍ਰੀ ਮੁਕਤਸਰ ਸਾਹਿਬ ਦਾ ਇੱਕ ਮੁੰਡਾ ਏ ਆਰ ਰਹਿਮਾਨ ਵਰਗੇ ਵੱਡੇ ਦਿੱਗਜ ਮਿਊਜ਼ਿਕ ਡਾਇਰੈਕਟਰ ਨਾਲ ਕੰਮ ਕਰਕੇ ਆ ਮੈਂ ਰਿਹਾ ਤੇ ਕੰਮ ਵੀ ਕੀਤਾ ਜੀ, 3 ਦਿਨ ਉਹਨਾਂ ਦੇ ਘਰੇ ਰਿਹਾ, ਉਹਨਾਂ ਦੇ ਮਤਲਬ ਘਰ ਦੀ ਰਸੋਈ 'ਚ ਰੋਟੀ ਖਾਂਦਾ ਰਿਹਾ। ਕੀ ਬਾਤ ਹੈ ਜੀ, ਜੀ ਕਿਵੇਂ ਦਾ ਸਰ ਉਹਨਾਂ ਨਾਲ ਮਾਹੌਲ ਰਿਹਾ ਤੁਹਾਡਾ, ਮਤਲਬ ਕਿ ਨੇਚਰ ਵਾਈਜ਼ ਕਹਿ ਲਓ ਜਾਂ ਇੱਕ ਹਿਊਮਨ ਬੀਇੰਗ ਦੇ ਤੌਰ ਉਹ ਤੇ? ਬੰਦੇ ਜਿੰਨੇ ਆਪਣੇ ਆਰਟ ਨੂੰ ਲੈ ਕੇ ਵੱਡੇ ਨੇ ਨਾ, ਉਹਨੇ ਉਹ ਆਪਦੀ ਅਸਲ ਜ਼ਿੰਦਗੀ 'ਚ ਹਿਊਮਨ ਵੀ ਉਹਨੇ ਵੱਡੇ ਨੇ। ਜੀ ਮਤਲਬ ਉਹਨਾਂ ਨੇ ਵੇਟਿੰਗ ਰੂਮ ਦੇ ਵਿੱਚ ਜਦੋਂ ਮੈਂ ਪਹਿਲੀ ਮੁਲਾਕਾਤ ਮੇਰੀ ਉਹਨਾਂ ਨਾਲ ਹੋਈ, ਉਹ ਅੰਦਰੋਂ ਬਾਹਰ ਆਏ, ਮੇਰੇ ਵੱਲ ਸਮਾਈਲ ਕੀਤੀ, ਹੱਸੇ, ਤੇ ਉਹਨਾਂ ਨੇ ਮੈਨੂੰ ਇੰਗਲਿਸ਼ 'ਚ ਕਿਹਾ ਵੀ ਆਰ ਯੂ ਓਕੇ, ਵੀ ਜੀ ਤੇਰਾ ਸਫ਼ਰ ਮਤਲਬ ਵਧੀਆ ਰਿਹਾ? ਮੈਂ ਕਿਹਾ ਜੀ ਗੁੱਡ, ਵਧੀਆ ਰਿਹਾ। ਫਿਰ ਕਹਿੰਦੇ ਵੀ ਤੂੰ ਖਾਇਆ ਖਾਧਾ ਕੁਛ? ਮੈਂ ਕਿਹਾ ਹਾਂਜੀ ਸਰ ਖਾ ਲਿਆ, ਮੈਂ ਹੋਟਲ 'ਚ ਖਾ ਕੇ ਆਇਆ, ਮੇਰਾ ਰੂਮ ਜੀ ਉਹਨਾਂ ਨੇ ਬੁੱਕ ਕਰਾਇਆ ਸੀ। ਤਾਂ ਮਤਲਬ ਉਹ ਜਿੰਨੇ ਵਾਰੀ ਵੀ ਲੰਘੇ ਸਮਾਈਲ ਕਰਕੇ ਤੇ ਮੇਰਾ ਖਿਆਲ ਰੱਖਦੇ ਹੋਏ ਵੀ ਵੀ ਤੈਨੂੰ ਕਿਤੇ ਕੋਈ ਪਰੇਸ਼ਾਨੀ ਤਾਂ ਨਹੀਂ, ਕੋਈ ਦਿੱਕਤ ਤਾਂ ਨਹੀਂ, ਕੁਛ ਖਾਣਾ ਤਾਂ ਨਹੀਂ, ਕੁਛ ਚਾਹੀਦਾ ਤਾਂ ਨਹੀਂ, ਮਤਲਬ ਯਾਰ ਇੰਨਾ ਵੱਡਾ ਬੰਦਾ ਮੇਰੇ ਵਰਗੇ ਬੰਦੇ ਨੂੰ ਮਤਲਬ ਜਿੰਨੇ ਵਾਰੀ ਲੰਘਦਾ ਉਨੇ ਵਾਰੀ ਬੁਲਾ ਕੇ ਲੰਘਦਾ। ਕੀ ਬਾਤ ਹੈ, ਤੋ ਉਹ ਗੱਲਾਂ ਮਤਲਬ ਜਿੰਨੇ ਉਹ ਡਾਊਨ ਟੂ ਅਰਥ ਨੇ, ਸੋ ਰੱਬ ਨੇ ਉਨਾਂ ਹੀ ਉਹਨਾਂ ਨੂੰ ਭਾਗ ਲਾਇਆ, ਉਹਨਾਂ ਦਾ ਕੀ ਉਹਨਾਂ ਦੀ ਬਾਤ, ਕਰਮ ਬਿਲਕੁਲ ਨਵਾਜ਼ੀ ਜੀ ਕੀ ਗੱਲ ਹੈ। ਬਿਲਕੁਲ, ਤੁਹਾਡੇ ਇੱਕ ਦਿਲਜੀਤ ਭਾਜੀ ਨਾਲ ਇੱਕ ਚਮਕੀਲਾ ਮੂਵੀ ਦੇ ਵਿੱਚ ਵੀ ਸੌਂਗ ਆ ਰਿਹਾ, ਜੀ 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 ਉਹ ਤੇ ਇਹੀ ਸੌਂਗ ਹੈ ਅਸਲ ਦੇ ਵਿੱਚ ਉਹ, ਠੀਕ ਕਿਉਂਕਿ ਹੈ ਜੀ, ਇਮਤਿਆਜ਼ ਅਲੀ ਸਾਹਿਬ ਦੀ ਡਾਇਰੈਕਸ਼ਨ ਆ ਜੀ, ਤੇ ਪਰਨੀਤੀ ਚੋਪੜਾ ਤੇ ਦਲਜੀਤ ਦੁਸਾਂਝ ਸਟਾਰ ਕਾਸਟ ਨੇ, ਜੀ ਹੋਰ ਜਿਹੜੇ ਸਿੰਗਰ ਨੇ ਉਹਦੇ ਵਿੱਚ ਮੋਹਿਤ ਚੌਹਾਨ ਔਰ ਪਰਨੀਤੀ, ਦਲਜੀਤ ਭਾਜੀ ਉਹਨਾਂ ਨੇ ਵੀ ਇਸ ਫਿਲਮ ਦੇ ਵਿੱਚ ਗਾਇਆ, ਜੀ ਔਰ ਅੱਗੇ ਦੀ ਅੱਗੇ ਡਿਸਕਲੋਜ਼ ਕਰਨਗੇ ਜਿਵੇਂ ਜਿਵੇਂ ਆਪਾਂ ਨੂੰ ਜੀ ਪਤਾ ਜੀ ਲੱਗਦਾ ਰਹੂਗਾ। ਹਾਂਜੀ, ਤਾਂ ਬਹੁਤ ਵਧੀਆ ਗੱਲ ਹੈ, ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਮੈਂ ਤੁਹਾਡੇ ਕੋਲੇ ਬੈਠਾ ਹਾਂ, ਤਾਂ ਮੈਨੂੰ ਆਪਦੇ ਆਪ ਨੂੰ ਮੈਂ ਵੀ ਵੱਡਾ ਹੀ ਮਹਿਸੂਸ ਕਰ ਰਿਹਾ ਕਿ ਮੈਂ ਤੁਹਾਡੇ ਵਰਗੀ ਸ਼ਖਸੀਅਤ ਦੇ ਕੋਲੇ ਬੈਠਾ ਹਾਂ ਜੋ ਉਹਨਾਂ ਕੋਲ ਜਾ ਕੇ, ਮੈਨੂੰ ਇੰਝ ਲੱਗ ਰਿਹਾ ਕਿ ਮੈਂ ਵੀ ਉਹਨਾਂ ਕੋਲ ਜਾ ਕੇ ਆਇਆ। ਪ੍ਰਿੰਸ ਵੀਰ ਜੀ, ਇੱਕ ਨਾ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਦੋਸਤੀ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਜੀ ਹੈ ਜੀ ਜੀ ਕਿ ਬੰਦੇ ਦੇ ਦੋਸਤ ਹੁੰਦੇ ਆ, ਉਹਦੇ ਬੁਰੇ ਵੇਲੇ ਆ ਮਾੜੇ ਵੇਲੇ ਵੀ ਉਹਦੇ ਨਾਲ ਖੜਦੇ ਆ ਤੇ ਉਹਦੇ ਚੰਗੇ ਵੇਲੇ ਵਿੱਚ ਵੀ ਉਹਦਾ ਸਾਥ ਦਿੰਦੇ ਆ, ਜੀ ਜੀ ਪਰ ਇੱਕ ਬੰਦਾ ਜਦੋਂ ਇੱਕ ਕਾਮਯਾਬੀ ਦੀ ਪੌੜੀ ਚੜ੍ਹਦਾ ਤਾਂ ਉਦੋਂ ਕੀ ਹੈ, ਕੁਝ ਕਈ ਲੋਕਾਂ ਦਾ ਨੇਚਰ ਹੁੰਦਾ ਗਿਆ ਆਪਦੇ ਦੋਸਤਾਂ ਨੂੰ ਪਿੱਛੇ ਛੱਡ ਜਾਂਦੇ ਆ, ਜੀ ਤਾਂ ਅਸੀਂ ਜਾਣਨਾ ਚਾਹਾਂਗੇ ਕਿ ਸਾਡੇ ਪ੍ਰਿੰਸ ਵੀਰ ਜੀ ਇੱਕ ਦੋਸਤ ਦੇ ਰੂਪ ਵਿੱਚ ਕਿਸ ਤਰ੍ਹਾਂ ਦੇ ਨੇ? ਮੇਰੇ ਜਿਹੜੇ ਦੋਸਤ ਨੇ,
ਕਿਉਂਕਿ ਸਾਰੇ ਤਕਰੀਬਨ ਜਾਣਦੇ ਨੇ ਜੀ ਮੇਰੀਆਂ ਸਟੋਰੀਜ਼ ਦੇ ਵਿੱਚ, ਜਾਂ ਮੇਰੇ ਨਾਲ ਹੀ ਉੱਥੇ ਫਿਜ਼ੀਕਲ ਨਾਲ ਹੀ ਤੁਰੇ ਫਿਰਦੇ ਹੁੰਦੇ ਹੈ ਨਾ, ਜੀ ਉਹ ਅਸੀਂ 4-5 ਜਣਿਆਂ ਦੀ ਸਾਡੀ ਜੁੰਡਲੀ ਹੈ ਜੀ ਪੁਰਾਣੇ। ਅਸੀਂ ਲਗਭਗ 2000 ਮੈਨੂੰ ਲੱਗਦਾ ਵੀ 5 ਜਾਂ 6 ਦੀ ਗੱਲ ਹੋਣੀ ਹੈ, ਜੀ ਕਾਫੀ ਸਾਲ ਹੋ ਗਏ ਨਹੀਂ ਤਾਂ 15 ਸਾਲ ਹੋ ਗਏ ਲਗਭਗ। ਤੇ ਇਹ ਸਾਡੀ ਜਿਹੜੀ 4 ਜਣਿਆਂ ਦੀ ਜੁੰਡਲੀ ਹੈ, ਮੈਂ ਉਹਨਾਂ ਦਾ ਭਰਾਵਾਂ ਦਾ ਆਪਦੇ ਨਾਮ ਵੀ ਲੈਣਾ ਚਾਹੂੰਗਾ, ਹਰਪ੍ਰੀਤ ਸਿੰਘ, ਪਿੰਕੂ ਬੱਬਰ ਹੈ ਨਾ, ਅਤੇ ਸ਼ਕਤੀ ਸਿੰਘ ਬਾਜ, ਗੁਰ ਅਮਾਨਤ ਸਿੰਘ ਪਤੰਗਾ, ਗੁਰਦਾਸ ਗਿੱਲ, ਗੁਰਵੀਰ ਬਰਾੜ, ਮਨਜਿੰਦਰ ਸਿੰਘ ਬਾਈ ਹੁਣ ਪਟਿਆਲੇ ਜੀ PhD ਕਰ ਰਹੇ ਨੇ, ਜਗਦੀਪ ਸਿੰਘ ਫਰੀਦਕੋਟ, ਇਹ ਅਸੀਂ ਮਤਲਬ ਇੱਕ ਦੂਜੇ ਦੇ ਨਾਲ ਬੜਾ ਸਕੂਨ ਮਹਿਸੂਸ ਕਰਦੇ ਹਾਂ, ਕਿਉਂਕਿ ਅਸੀਂ ਜੀ ਇੱਕ ਦੂਜੇ ਮੂਹਰੇ ਮਤਲਬ ਕਲੀਅਰ ਹਾਂ, ਹੈ ਜੀ ਨਾ। ਉਹ ਇੰਨੀ ਲੰਬੀ ਦੋਸਤੀ ਚੱਲਣ ਦਾ ਕਾਰਨ ਇਹ ਹੁੰਦਾ ਵੀ ਤੁਸੀਂ ਇੱਕ ਦੂਜੇ ਮੂਹਰੇ ਸਾਫ਼ ਹੋ, ਇੱਕ ਦੂਜੇ ਨੂੰ ਤੁਸੀਂ ਪਿਆਰ ਨਾਲ ਕੁਝ ਕਹਿ ਵੀ ਸਕਦੇ ਹੋ, ਗੁੱਸੇ ਜੀ ਨਾਲ ਵੀ ਕਹਿ ਸਕਦੇ ਹੋ, ਹੈ ਨਾ, ਤਾਂ ਉਹ ਚੀਜ਼ ਇੱਕ ਮਤਲਬ ਅੰਡਰਸਟੈਂਡਿੰਗ ਜਿਹੜੀ ਹੁੰਦੀ ਆ ਆਪਸ ਦੇ ਵਿੱਚ, ਬਿਲਕੁਲ ਜੀ ਉਹ ਇਹ ਦੋਸਤੀ ਮਤਲਬ ਇੰਨੀ ਲੰਬੀ ਜਾਣ ਦਾ ਇਹੀ ਕਾਰਨ ਹੈ, ਨਹੀਂ ਤਾਂ ਮਤਲਬ ਸਾਲ ਬਾਅਦ ਅਗਲਾ ਲੱਭਦਾ ਨਹੀਂ, ਹੈ ਨਾ। ਬਿਲਕੁਲ ਹੋ ਜੀ ਸਕਦਾ ਅਸੀਂ ਫਿਜ਼ੀਕਲੀ ਇੱਕ ਦੂਜੇ ਤੋਂ ਬਹੁਤ ਜ਼ਿਆਦਾ, ਕਿਉਂਕਿ ਮੈਂ ਵੀ ਹੁਣ ਕੈਨੇਡਾ ਚਲਾ ਗਿਆ, ਸ਼ਕਤੀ ਸਿੰਘ ਮੇਰੇ ਨਾਲ ਹੀ ਆ ਉੱਥੇ ਕੈਨੇਡਾ, ਜੀ ਔਰ ਅਸੀਂ ਇੱਥੋਂ ਹਰਪ੍ਰੀਤ ਸਿੰਘ, ਗੁਰਵੀਰ, ਮਨਜਿੰਦਰ, ਗੁਰਮਾਨ ਸਿੰਘ, ਉਹ ਤਾਂ ਪੰਜਾਬ 'ਚ ਨਹੀਂ, ਗੁਰਦਾਸ ਗਿੱਲ, ਤਾਂ ਅਸੀਂ ਫਿਜ਼ੀਕਲੀ ਇੱਕ ਦੂਜੇ ਤੋਂ ਦੂਰ ਹੋ ਗਏ, ਪਰ ਮਤਲਬ ਮੋਸਟਲੀ ਕਹਿੰਦੇ ਵੀ ਲੋਕੀ ਕੈਨੇਡਾ ਜਾ ਕੇ ਯਾਰ ਫੋਨ ਕਰੇਗਾ, ਤੇ ਅਸੀਂ ਡੇਲੀ ਇੱਕ ਦੂਜੇ ਨਾਲ ਗੱਲ ਕਰਦੇ ਹੁੰਦੇ ਸੀ, ਤੇ ਇੱਕ ਦੂਜੇ ਨੂੰ ਹਾਸੇ ਨਾਲ ਕਹਿ ਦੇਣਾ ਯਾਰ ਬੱਸ ਕਰ ਹੁਣ ਮੇਰਾ, ਸੌਣ ਵੀ ਦੇ, ਜੀ ਜੀ ਮਤਲਬ ਜਿਵੇਂ ਅਗਲਾ ਕਹਿੰਦਾ ਵੀ ਯਾਰ ਫਾਲਤੂ ਟਾਈਮ ਹੀ ਤੇਰੇ ਕੋਲੇ ਆ ਨਾ ਗੱਲਾਂ ਜੀ ਕਰਨ ਦਾ, ਜੀ ਜੀ ਸੋ ਅਸੀਂ ਉੱਥੇ ਜਾ ਕੇ ਵੀ ਇੰਨੇ ਖੁੱਲੇ ਮਤਲਬ ਟਾਈਮ ਇੱਕ ਦੂਜੇ ਵਾਸਤੇ ਕੱਢਦੇ ਰਹੇ ਹਾਂ, ਬਿਲਕੁਲ ਹਾਲਾਂਕਿ ਬਿਜ਼ੀ ਹੁੰਦੇ ਸੀ ਕਿ ਆਪਣੀਆਂ ਮਤਲਬ, ਸ਼ਕਤੀ ਨੇ ਵੀ ਆਪਦੇ ਕੰਮ ਤੇ ਜਾਣਾ ਹੁੰਦਾ ਸੀ, ਮੇਰਾ ਵੀ ਸਾਰਾ ਦਿਨ 뮤직 ਅਕੈਡਮੀ ਦਾ ਉੱਥੇ ਕੰਮ ਸੀਗਾ, ਪਰ ਅਸੀਂ ਮਤਲਬ ਜਿਹੜੀ ਹੈ ਉਹ ਯਾਰੀ ਹੈ, ਕਿਉਂਕਿ ਉਹ ਖਿੱਚ ਸੀ ਅੰਦਰੋਂ, ਹੈ ਨਾ, ਤਾਂ ਉੱਥੇ ਜਾ ਕੇ ਵੀ ਉਹ ਭਰਾਵਾਂ ਵਾਲਾ ਪਿਆਰ ਹਮੇਸ਼ਾ ਜ਼ਿੰਦਾ ਰਿਹਾ। ਅਕਸਰ ਕੀ ਹੁੰਦਾ ਕਿ ਜਦੋਂ ਇੱਕ ਯਾਰਾਂ ਦੋਸਤਾਂ ਦਾ ਗਰੁੱਪ ਹੁੰਦਾ ਨਾ, ਜੀ ਜੀ ਉਸ ਗਰੁੱਪ ਦੇ ਵਿੱਚ ਜਦੋਂ ਕੋਈ ਇੱਕ ਬੰਦਾ ਕੋਈ ਅਚੀਵਮੈਂਟ ਲੈਂਦਾ ਜਾਂ ਕਿ ਕਾਮਯਾਬੀ ਦੀ ਸੀੜੀ ਤੇ ਚੜ੍ਹਦਾ, ਜੀ ਜੀ ਤਾਂ ਬਾਕੀਆਂ ਦਾ ਰਵੱਈਆ ਨਾ ਉਹਦੇ ਪ੍ਰਤੀ ਥੋੜਾ ਚੇਂਜ ਹੋ ਜਾਂਦਾ, ਵੀ ਜਾਂ ਉਹਨੂੰ ਰਿਸਪੈਕਟ ਦੇਣ ਲੱਗ ਜਾਂਦੇ ਆ, ਉਹਦੇ ਨਾਲ ਗੱਲ ਕਰਨ ਤੋਂ ਝਿਜਕਦੇ ਆ, ਵੀ ਅਗਲਾ ਇਹ ਨਾ ਸੋਚੇ ਵੀ ਅੱਜ ਮੈਂ ਕਾਮਯਾਬ ਹੋ ਗਿਆ ਤੇ ਅੱਜ ਮੈਨੂੰ ਫੋਨ ਕਰਦੇ ਆ, ਤਾਂ ਤੁਹਾਡੇ ਵਿੱਚ ਗਰੁੱਪ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਚੇਂਜ? ਨਹੀਂ ਨਹੀਂ ਬਾਈ, ਸਾਡੇ 'ਚ ਤਾਂ ਐਂ ਹੁੰਦਾ, ਅਸੀਂ 4-5 ਜਣੇ ਜਦੋਂ ਇਕੱਠੇ ਹੋਈਏ, ਜੇ ਤਾਂ ਮੇਰੇ ਤੇ ਸੂਈ ਆ ਗਈ ਤਾਂ ਉਹਨਾਂ ਨੇ ਮੇਰਾ ਸਾਰੀ ਦਿਹਾੜੀ ਮੇਰੀ ਗੱਤ ਕਰੀ ਜਾਣੀ ਹੈ, ਹਨਾ, ਜੀ ਮੇਰੇ ਨਾਲ ਕਮੇਡੀ ਹੋਈ ਜਾਣੀ ਹੈ, ਤੇ ਜੇ ਕਿਸੇ ਮਤਲਬ ਪਿੰਕੂ ਤੇ ਆ ਗਈ ਸੂਈ ਤਾਂ ਅਸੀਂ ਪਿੰਕੂ ਨੂੰ ਸਾਰਾ ਦਿਨ ਹੀ ਮਤਲਬ ਛੇੜੀ ਜਾਣਾ ਆ, ਉਹ ਐ ਜੀ ਇੱਕ ਭਰਾ ਹੈਗੇ ਆਪਾਂ, ਇੱਕ ਦੂਜੇ ਕਲਾਕਾਰ ਆਪਾਂ ਲੋਕਾਂ ਵਾਸਤੇ ਹੋ ਸਕਦੇ ਆ, ਬਿਲਕੁਲ ਜੀ, ਹਨਾ, ਲੋਕਾਂ ਵਾਸਤੇ ਵੀ ਕਾਹਦੀ ਕਲਾਕਾਰੀ, ਜਦੋਂ ਤੁਸੀਂ ਪਿਆਰ ਕਰਦੇ ਹੋ, ਤੁਸੀਂ ਚਾਹੁੰਦੇ ਹੋ ਇੱਕ, ਦੇਖੋ ਜਦੋਂ ਮੈਂ ਬੇਸ ਸ਼ੁਰੂ ਕੀਤਾ ਸੀਗਾ, ਮੈਂ ਚਾਹੁੰਦਾ ਸੀ ਕਿ ਲੋਕੀ ਮੈਨੂੰ ਪਿਆਰ ਕਰਨ, ਲੋਕੀ ਜੀ ਤੁਸ ਹਰੇਕ ਆਰਟਿਸਟ ਦਾ ਸੁਪਨਾ ਹੁੰਦਾ ਨਾ ਵੀ ਯਾਰ ਮੇਰੇ ਨਾਲ ਵੀ ਫੋਟੋ ਕਰਾਉਣ ਖੜ ਕੇ, ਜੀ ਜੀ ਜਾਂ ਮੇਰਾ ਵੀ ਆਟੋਗ੍ਰਾਫ ਲੈਣ, ਤੇ ਜੇ ਉਹ ਨੇੜੇ ਆਉਂਦੇ ਨੇ ਫਿਰ ਅਸੀਂ ਬਾਉਂਸਰ ਰੱਖ ਲੈਂਦੇ ਹਾਂ, ਫਿਰ ਪਿਆਰ ਬਿਲਕੁਲ ਕਰਦੇ, ਜੀ, ਹੈ ਨਾ, ਤੇ ਉਹ ਇਹ ਚੀਜ਼ ਹੁੰਦੀ ਹੈ ਵੀ ਜੇ ਤੁਸੀਂ ਰੀਅਲ ਨਹੀਂ ਨਾ ਆਪਣੀ ਲਾਈਫ ਦੇ ਵਿੱਚ, ਆਪਣੇ ਭਰਾਵਾਂ ਨਾਲ, ਆਪਣੀ ਫੈਮਿਲੀ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ, ਆਪਣੇ ਸਰੋਤਿਆਂ ਨਾਲ ਵੀ, ਉਹ ਸਟਾਰਗਿਰੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਮਾਇਨੇ, ਫਿਰ ਤੁਸੀਂ ਇੱਕ ਸ਼ੇਅਰ ਹੈ ਕਹਿੰਦੇ ਵੀ ਇਸ ਬੁਲੰਦੀ ਪੇ ਬਹੁਤ ਤਨਹਾ ਹੂੰ, ਇਸ ਬੁਲੰਦੀ ਪੇ ਬਹੁਤ ਤਨਹਾ ਹੂੰ, ਕਾਸ਼ ਮੈਂ ਸਭ ਕੇ ਬਰਾਬਰ ਹੋਤਾ, ਮਤਲਬ ਇੰਨੀ ਉਚਾਈ ਤੇ ਜਾ ਕੇ ਵੀ ਬੰਦਾ ਕਹਿ ਰਿਹਾ ਵੀ ਮੈਂ, ਮੇਰੇ ਕੋਲ ਖਾਲੀ ਪਣ ਹੈ, ਹਨਾ, ਹੋਰ ਕੁਛ ਵੀ ਬਿਲਕੁਲ ਨਹੀਂ, ਤੇ ਫਿਰ ਮੈਂ ਇਦੋਂ ਚੰਗਾ ਮੈਂ ਥੱਲੇ ਹੀ ਆਪਦੇ ਯਾਰਾਂ ਥੱਲੇ ਸੀ ਮਿੱਤਰਾਂ 'ਚ ਆਪਦੀ ਫੈਮਿਲੀ ਦੇ ਵਿੱਚ ਹੁੰਦਾ, ਬਿਲਕੁਲ ਸੋ ਜੀ, ਇਹ ਨਾਲ ਨਾਲ ਚੀਜ਼ਾਂ ਬਹੁਤ ਜ਼ਰੂਰੀ ਹੈ, ਉਨਾ ਹੀ ਟਾਈਮ ਪਰਿਵਾਰ ਨੂੰ ਦੇਣਾ, ਔਰ ਜੇ ਜੀ ਤੁਸੀਂ ਆਪਦੇ, ਕਿਉਂਕਿ ਸ਼ਾਹਰੁਖ ਖਾਨ ਦਾ ਇੱਕ ਮੈਂ ਹੁਣ ਰੀਸੈਂਟ ਸੁਣ ਰਿਹਾ ਸੀ, ਉਹ ਕਹਿੰਦਾ ਵੀ ਮੈਂ ਭਾਵੇਂ ਮੈਂ 13-14 ਘੰਟੇ ਸ਼ੂਟਿੰਗ ਕਰਕੇ ਆਉਣਾ ਨਾ, ਪਰ ਘਰੇ ਆ ਕੇ ਮੈਂ ਨਹਾ ਧੋ ਕੇ ਫਰੈਸ਼ ਹੋ ਕੇ ਮੈਂ ਆਪਦੇ ਬੱਚਿਆਂ ਨੂੰ ਉਵੇਂ ਮਿਲਦਾ, ਮੈਂ ਨਹੀਂ ਕਹਿੰਦਾ ਮੈਂ ਥੱਕਿਆ ਯਾਰ ਮੈਂ ਤਾਂ, ਹੈ ਨਾ, ਉਹ ਟਾਈਮ ਉਹ ਮੇਰਾ ਸੀ, ਇਹ ਟਾਈਮ ਇਹਨਾਂ ਦਾ, ਜੀ ਸੋ ਤੁਸੀਂ ਜਦੋਂ ਪਰਿਵਾਰ 'ਚ ਹੁੰਦੇ ਹੋ ਤਾਂ ਉਹਨਾਂ ਨੂੰ ਵੀ ਉਦਾਂ ਹੀ ਖਿੜ ਕੇ ਬਿਲਕੁਲ ਜੀ ਫਰੈਸ਼ ਹੋ ਕੇ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਸਮਾਂ ਦਿਓ, ਤਾਂ ਫਿਰ ਕਦੇ ਇਕੱਲਾਪਣ ਨਹੀਂ ਤੁਹਾਨੂੰ ਸਤਾਊਗਾ। ਬਿਲਕੁਲ ਜੀ, ਮੇਰਾ ਫੋਰਨ ਕੰਟਰੀ ਨਾ ਜਾਣ ਦਾ ਰੀਜ਼ਨ ਇਹ ਸੀਗਾ ਕਿ ਮੈਂ ਉਹਦੀ ਫੈਮਿਲੀ ਤੋਂ ਦੂਰ ਨਹੀਂ ਹੋ ਸਕਦਾ। ਜੀ ਅੱਜ ਵੀ ਮੈਂ ਕਿਤੇ ਬਾਹਰ ਨਹੀਂ ਜਾਣਾ ਚਾਹੁੰਦਾ ਕਿ ਹਾਲਾਂਕਿ ਮੇਰੀ ਪ੍ਰੋਫਾਈਲ ਇੰਨੀ ਕੁ ਫਾਈਨ ਹੈ ਕਿ ਮੈਂ ਬਾਹਰ ਜਾ ਸਕਦਾ, ਜੀ ਜੀ ਜੀ, ਪਰ ਮੈਂ ਜਾਣਾ ਨਹੀਂ ਚਾਹੁੰਦਾ ਪਰਿਵਾਰ ਨੂੰ ਛੱਡ ਕੇ, ਬਿਲਕੁਲ ਕਿਉਂਕਿ ਉਹ ਤੋਂ ਕੀਮਤੀ ਕੁਛ ਵੀ ਨਹੀਂ। ਬਿਲਕੁਲ ਬਿਲਕੁਲ,
ਤਾਂ ਮਤਲਬ ਜੇ ਤੁਸੀਂ ਇੰਨੀ ਉਚਾਈ ਤੇ ਜਾ ਕੇ ਵੀ ਤੇ ਉਹ ਇੰਨਾ ਖਾਲੀ ਫੀਲ ਕਰ ਰਹੇ ਹੋ, ਫਿਰ ਉਚਾਈ ਦਾ ਫਾਇਦਾ ਹੀ ਕੀ? ਜੀ ਮਕਸਦ ਬਿਲਕੁਲ ਉਹਦਾ ਜੀ, ਇਹ ਹੈ ਗੱਲ ਦਾ, ਹੈ ਨਾ? ਤਾਂ ਮਤਲਬ ਜਿੱਥੇ ਮਰਜ਼ੀ ਪਹੁੰਚੋ ਪਰ ਤੁਸੀਂ ਆਪਦੇ ਜੜ੍ਹ ਨਾਲ, ਆਪਦੇ ਬੇਸ ਨਾਲ, ਜਿਨ੍ਹਾਂ ਨੇ ਤੁਹਾਨੂੰ ਸ਼ੁਰੂ ਕੀਤਾ, ਤੁਹਾਨੂੰ ਪੁਸ਼ ਕੀਤਾ, ਉਹਨਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ, ਮੈਨੂੰ ਇਹ ਲੱਗਦਾ ਬਿਲਕੁਲ ਪਰਸਨਲੀ। ਬਿਲਕੁਲ। ਆਪਾਂ ਦੋਸਤਾਂ ਨਾਲ ਗਰੁੱਪ ਦੇ ਵਿੱਚ ਅਕਸਰ ਸ਼ਰਾਰਤਾਂ ਕਰਦੇ ਹਾਂ, ਬਿਲਕੁਲ ਬਿਲਕੁਲ ਤਾਂ ਇੱਕ ਦੋਸਤ ਇਹੋ ਜਿਹਾ ਹੁੰਦਾ ਜਿਹਦੇ ਨਾਲ ਸ਼ਰਾਰਤ ਕਰਕੇ ਨਾ ਬੜਾ ਮਜ਼ਾ ਆਉਂਦਾ ਜੀ ਉਹਨੂੰ ਜੀ ਤੰਗ ਕਰਕੇ। ਜੀ ਜੀ ਤਾਂ ਕੋਈ ਇਹੋ ਜਿਹਾ ਕੋਈ ਰੋਚਕ ਕਿੱਸਾ ਹੋ ਜੀ। ਰੋਚਕ ਕਿੱਸਾ ਹੁਣ ਮੇਰੇ ਇੰਸਟੈਂਟ, ਹਾਂ ਆ ਗਿਆ ਯਾਰ, ਇੱਕ ਵਾਰ ਦੀ ਗੱਲ ਆ ਵੀ ਸਾਡਾ ਨਾ ਭਾਈ ਮਹਾਂ ਸਿੰਘ ਕਾਲਜ ਵਿੱਚ ਪੜ੍ਹਦੇ ਹੁੰਦੇ ਸੀਗੇ ਤੇ ਪੇਪਰ ਸੀਗਾ ਤੇ ਮਨਜਿੰਦਰ ਸਿੰਘ, ਸ਼ਕਤੀ ਸਿੰਘ ਬਾਜ ਤੇ ਹਰਪ੍ਰੀਤ ਸਿੰਘ ਪਿੰਕੂ, ਜੀ ਇਹ ਇਕੱਠੇ ਜਾਂਦੇ ਹੁੰਦੇ ਸੀ, ਮੈਂ ਅਲੱਗ ਮੋਟਰਸਾਈਕਲ ਤੇ ਜਾਂਦਾ ਹੁੰਦਾ ਸੀ, ਅਸੀਂ ਚਾਰ ਜਣੇ ਮਤਲਬ ਇਕੱਠੇ ਜਾਂਦੇ ਹੁੰਦੇ ਸੀ ਐਂ ਕਰਕੇ। ਜੀ ਤੇ ਉਦੋਂ ਪੁਲਿਸ ਵਾਲੇ ਦੀਆਂ ਸਕੂਟਰੀਆਂ ਵਾਲੀ ਕੁੜੀਆਂ ਨੂੰ ਦਿੱਤੀਆਂ ਸੀਗੀਆਂ ਨਵੀਆਂ ਐਕਟਿਵਾ ਜੀ ਜੀਆਂ, ਤੇ ਕੁੜੀ ਅਸੀਂ ਇਧਰੋਂ ਕ੍ਰੋਸ ਕੀਤਾ ਗਵਰਨਮੈਂਟ ਕਾਲਜ ਨੂੰ ਤੇ ਅੱਗੋਂ ਜਿਹੜਾ ਉਦੇ ਕਰਨ ਵਾਲਾ ਚਰਸਤਾ ਆ ਗਿਆ, ਜੀ ਉਧਰੋਂ ਸਾਡੀ ਸਪੀਡ ਫੁੱਲ ਸੀਗੀ, ਨਾਲ ਨਾਲ ਪਾਠ ਕਰੀ ਜਾਂਦੇ ਸੀਗੇ ਬੈਠੇ, ਕਿਉਂਕਿ ਜੀ ਪੇਪਰ ਸੀਗਾ, ਤੇ ਉਧਰ ਕੁੜੀਆਂ ਨੇ ਇੱਕੋ ਦਮ ਲਿਆ ਕੇ ਸਕੂਟਰੀ ਮੂਹਰੇ ਲਿਆ ਦਿੱਤੀ ਤੇ ਵਿੱਚ ਵੱਜੀ, ਜੀ ਹੁਣ ਸਾਰੇ ਸ਼ਕਤੀ ਸਿੰਘ ਦੀ ਦਸਤਾਰ ਉਤਰ ਗਈ ਤੇ ਉਹ ਜਾ ਕੇ ਫਿਰ ਦਸਤਾਰ ਦੇ ਵਿੱਚ ਹੀ ਸਿਰ ਵਾੜ ਲਿਆ ਉਹਨੇ, ਜੀ ਮਤਲਬ ਇਦਾਂ ਜਾ ਕੇ, ਹੈ ਨਾ? ਤੇ ਹੁਣ ਉਹ ਪੁਲਿਸ ਆ ਗਈ ਸਾਰੇ ਉੱਥੇ, ਕਿਉਂਕਿ ਪੁਲਿਸ ਵਾਲੀਆਂ ਕੁੜੀਆਂ ਦੇ ਵਿੱਚ ਗੱਡੀ ਮਾਰੀ ਤੁਸੀਂ, ਹਾਲਾਂਕਿ ਗਲਤੀ ਕੁੜੀਆਂ ਦੀ ਸੀ ਪਰ ਫਿਰ ਜੀ ਵੀ ਹੁਣ ਕੁੜੀਆਂ ਨੂੰ ਤਾਂ ਸਾਰਿਆਂ ਨੇ ਸਹੀ ਕਹਿਣਾ, ਬਿਲਕੁਲ ਜੀ, ਤੇ ਉਹ ਸਾਨੂੰ ਲੈ ਗਏ ਆਦੇਸ਼ ਹਸਪੀਟਲ ਸਾਰਿਆਂ ਨੂੰ, ਹੈ ਨਾ? ਇਹਨਾਂ ਨੂੰ ਸੱਟਾਂ ਸੁੱਟਾਂ ਵੱਜੀਆਂ ਤੇ ਮਨਜਿੰਦਰ ਦੇ ਇੱਥੇ ਪਾਈਆਂ ਸੀ ਪਰਚੀਆਂ, ਉਹ ਜੀ ਕਹਿੰਦੀ ਤੇਰੇ ਪਾਸੇ ਤੇ ਟੀਕਾ ਲਾਉਣਾ, ਉਹ ਕਹਿੰਦਾ ਭੈਣੇ ਵੀ ਤੂੰ ਬਾਂਹ ਤੇ ਲਾ ਦੇ, ਕਹਿੰਦੀ ਨਹੀਂ ਲੱਗਣਾ ਹੀ ਪਾਸੇ ਤੇ ਆ, ਜੀ ਕਹਿੰਦਾ ਨਹੀਂ ਤੂੰ ਬਾਂਹ ਤੇ ਲਾ ਦੇ ਅੰਦਰ ਹੀ ਜਾਣਾ, ਤੇ ਕਹਿੰਦੀ ਨਹੀਂ ਇਹ ਲੱਗਦਾ ਹੀ ਪਾਸੇ ਤੇ ਆ, ਕਹਿੰਦਾ ਖੜ ਜਾ ਫਿਰ, ਉਹਨੂੰ 15-20 ਮਿੰਟ ਪਰਚੀਆਂ ਕੱਢਣ ਤੇ ਲਾਏ, ਉਹਦੇ ਸਾਰੇ ਬੈੱਡ ਦੇ ਪਰਚੀਆਂ ਉਹਦੀ ਮਾਈਕਰੋ ਕੀਤੀਆਂ ਹੋਈਆਂ, ਉਹ ਕਹਿੰਦਾ ਇਹ ਨਾ ਗਿੱਲੀਆਂ ਹੋ ਜਾਣ, ਤੇ ਫਿਰ ਇੱਕ ਇੱਕ ਵਿੱਚੋਂ ਸਾਡਾ ਪਿੰਕੂ ਜਿਹੜਾ ਪੱਟ ਟੁੱਟੇ ਦੀ ਐਕਟਿੰਗ ਕਰ ਲਾ, ਵੀ ਮੇਰਾ ਪੱਟ ਟੁੱਟਿਆ, ਉਹਨੂੰ ਕਿਸੇ ਨੇ ਕਹਿ ਦਾ ਬਾਈ ਤੂੰ ਮਾੜਾ ਮੋਟਾ ਸ਼ੋਅ ਕਰੋ, ਵੀ ਕੁੜੀਆਂ ਤਾਂ ਇੰਨੀਆਂ ਬੇਹੋਸ਼ ਹੋਈਆਂ ਪਈਆਂ, ਜੀ ਵੀ ਤੂੰ ਮਾੜਾ ਮੋਟਾ ਐਕਟਿੰਗ ਕਰ, ਕੋਈ ਵੀ ਤੁਹਾਨੂੰ ਲੱਗੇ ਵੀ ਤੁਹਾਨੂੰ ਵੱਡਾ ਦੁੱਖ ਹੈ, ਤੁਹਾਨੂੰ ਵੱਡਾ ਵੱਡੀ ਘਟਨਾ ਤੁਹਾਡੇ ਨਾਲ ਵਾਪਰੀ, ਉਹਨਾਂ ਨਾਲ ਨਹੀਂ ਵਾਪਰੀ, ਜੀ ਤੇ ਇਹ ਕਹਿੰਦਾ ਵੀ ਹਾਏ ਮੇਰਾ ਪੱਟ ਟੁੱਟ ਗਿਆ, ਨਾਲ ਦੀ ਨਾਲ ਕਹਿੰਦਾ ਪਿਆ, ਕਹਿੰਦਾ ਯਾਰ ਜੇ ਪੱਟ ਟੁੱਟਿਆ ਹੁੰਦਾ ਨਾ ਤੇ ਤੋਂ ਉੱਥੋਂ ਤੁਰਿਆ ਨਹੀਂ ਸੀ ਜਾਣਾ, ਫਿਰ ਘਰੇ ਫੋਨ ਕਰਦਾ ਇਹਨਾਂ ਦੇ ਚੈੱਕਅਪ ਹੋਣ ਲੱਗ ਪਿਆ, ਦੀ ਸਕੈਨ ਸਕੂਨ ਹੋਣ ਲੱਗ ਪਈਆਂ, ਜੀ ਪਿੰਕੂ ਨੇ ਘਰੇ ਫੋਨ ਕਰਤਾ ਵੀ ਮੰਮੀ ਸਾਡੇ ਫ੍ਰੀ 'ਚ ਚੈੱਕਅਪ ਕਰਦੇ ਪਏ, ਵੀ ਆ ਜਾਓ ਤੁਹਾਡਾ ਵੀ ਫ੍ਰੀ 'ਚ ਵਿੱਚੇ ਹੀ ਹੋ ਜਾਊਗਾ ਕਰ, ਸੋ ਇਹ ਜਿਹੜੀ ਘਟਨਾ ਸੀ ਮਤਲਬ ਲਾਈਵ ਜਦੋਂ ਸਾਡੇ ਸੀਨ ਅਸੀਂ ਇਕੱਠੇ ਬਿਲਕੁਲ ਬੈਠਦੇ ਆ ਨਾ, ਬਿਲਕੁਲ ਜੀ ਤਾਂ ਉਦੋਂ ਫਿਰ ਜੀ ਮਤਲਬ ਅਸੀਂ ਕਈ ਵਾਰੀ ਬਹੁਤ ਜ਼ਿਆਦਾ ਸੁਣ ਹੱਸਦੇ ਕੇ ਹਾਂ, ਇੰਨਾ ਆਨੰਦ ਆ ਰਿਹਾ ਹਾਂ, ਤੇ ਉਹ ਮੂਮੈਂਟ ਤਾਂ ਫਿਰ ਬਹੁਤ ਫਨੀ ਹੁੰਦੀ ਆ, ਉਹ ਫਿਰ ਕਾਫੀ ਟਾਈਮ ਕੇਸ ਵੀ ਚੱਲਿਆ ਸਾਡਾ, ਮੋਟਰਸਾਈਕਲ ਵੀ ਮਨਜਿੰਦਰ ਦਾ ਸੀਗਾ, ਉਹ ਅੰਦਰ ਰਿਹਾ, ਫਿਰ ਜੀ ਕਹਿ ਕੋ ਆ ਗਿਆ ਮਾੜਾ ਮੋਟਾ, ਚਲੋ ਉਹ ਹੋ ਗਿਆ ਸੈਟ ਸੈਟ ਹੋ ਦੋਸਤਾਂ ਵਾਲੇ ਕਿੱਸੇ ਨਾ ਜਿਹੜੇ ਕਦੇ ਨਹੀਂ ਭੁੱਲੇ ਜਾਂਦੇ, ਤੇ ਜੀ ਓਨੇ ਹੀ ਨਵੇਂ ਲੱਗਦੇ ਜਦੋਂ ਆਪਾਂ ਨੂੰ ਦੁਬਾਰਾ ਗਰੁੱਪ 'ਚ ਬੈਠ ਕੇ ਯਾਦ ਕਰਦੇ ਹਾਂ, ਬਿਲਕੁਲ ਤੇ ਸਵਾਦ ਵੀ ਓਨਾ ਹੀ ਆਉਂਦਾ ਗੱਲਾਂ ਕਰਨ ਬਿਲਕੁਲ ਬਿਲਕੁਲ ਪ੍ਰਿੰਸ ਵੀਰੇ, ਜਿਵੇਂ ਹੁਣ ਤੁਸੀਂ ਕੈਨੇਡਾ ਦੇ ਵਿੱਚ ਫੇਰ ਜਾਓਗੇ, ਹੈ ਨਾ? ਜੀ ਤੁਹਾਡਾ ਜੀ ਮਾਰਚ ਦੇ ਐਂਡ ਤੱਕ ਤੁਸੀਂ ਚਲੇ ਜਾਣਾ, ਜੀ ਜੀ ਤੇ ਉੱਥੇ ਜਾ ਕੇ ਤੁਸੀਂ ਨਾ ਇੱਕ ਫੇਰ ਅਕੈਡਮੀ 'ਚ ਬਿਜ਼ੀ ਹੋਵੋਗੇ, ਆਪਣੇ ਸ਼ੋਅ 'ਚ ਬਿਜ਼ੀ ਹੋਵੋਗੇ, ਤਾਂ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਫੈਮਿਲੀ ਪਿੱਛੇ ਰਹਿ ਜਾਂਦੀ ਹੈ ਜਾਂ ਫੈਮਿਲੀ ਨੂੰ ਟਾਈਮ ਘੱਟ ਦਿੱਤਾ ਜਾਂਦਾ? ਹੁਣ ਦੇਖੋ ਗੁਰਬਾਣੀ ਦੇ ਇੱਕ ਨਾ ਫਰਮਾਨ ਹੈ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ। ਇਹਦਾ ਅਰਥ ਇਹ ਹੈ ਵੀ ਜਿੱਥੇ ਤੁਹਾਡਾ ਦਾਣਾ ਪਾਣੀ ਲਿਖਿਆ, ਜੀ ਅਸੀਂ ਪੰਜਾਬੀ 'ਚ ਕਈ ਵਾਰੀ ਇਹ ਕਹਾਵਤਾਂ ਯੂਜ਼ ਕਰਦੇ ਹਾਂ ਵੀ ਜਿੱਥੇ ਦਾਣਾ ਪਾਣੀ ਤੁਹਾਨੂੰ ਖਿੱਚ ਕੇ ਲੈ ਜਾਂਦਾ। ਇਹ ਹੁਣ ਅਸਲ 'ਚ ਤਾਂ ਜੇ ਆਪਾਂ ਵੇਖੀਏ ਜ਼ਿੰਦਗੀ ਦਾ ਸਫ਼ਰ ਕੀ ਹੈ, ਜ਼ਿੰਦਗੀ ਤੋਂ ਮੌਤ ਵੱਲ ਦਾ ਹੀ ਸਫ਼ਰ ਹੈ ਨਾ, ਤੇ ਜੀ ਇੱਕ ਦਿਨ ਇਹੋ ਜਿਹਾ ਵੀ ਆਉਣਾ ਵੀ ਮਾਪੇ ਵੀ ਨਹੀਂ ਰਹਿਣੇ, ਭੈਣ ਭਰਾ ਵੀ ਨਹੀਂ ਰਹਿਣੇ, ਹੋ ਸਕਦਾ ਇੱਕ ਦਿਨ ਮੈਂ ਵੀ ਨਹੀਂ ਰਹਿਣਾ। ਜੀ ਤੋਂ ਇਹ ਵਿਛੜਨਾ ਮਿਲਣਾ, ਇਹ ਤਾਂ ਜਦੋਂ ਤੁਹਾਨੂੰ ਜ਼ਿੰਦਗੀ ਮਿਲ ਗਈ ਨਾ, ਪਰਮਾਤਮਾ ਨੇ ਜਨਮ ਦਿੱਤਾ, ਇਹ ਸੰਘਰਸ਼ ਤਾਂ ਫਿਰ ਤੁਹਾਡੇ ਉਦੋਂ ਹੀ ਸ਼ੁਰੂ ਹੋ ਜਾਂਦੇ ਆ, ਬਿਲਕੁਲ ਜੀ ਹੈ ਨਾ? ਬਿਲਕੁਲ। ਤਾਂ ਇਹ ਚੀਜ਼ਾਂ ਹੈਗੀਆਂ ਨੇ, ਚਲੋ ਕਿਤੇ ਨਾ ਕਿਤੇ ਪਰਿਵਾਰ ਵੀ ਹੁਣ ਪਿੱਛੇ ਹੈਗਾ ਆ, ਤਾਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਇਹਨਾਂ ਨੂੰ ਵੀ ਉੱਥੇ ਦਰਸ਼ਨ ਮੇਲੇ ਕਰਾਈਏ, ਕੈਨੇਡਾ ਬਿਲਕੁਲ ਦੇ, ਬਿਲਕੁਲ ਕੈਨੇਡਾ ਦੀ ਜੀ, ਬਰਫ਼ ਦਿਖਾਈਏ, ਤੇ ਬਾਕੀ ਕੋਈ ਐਡਾ ਗੱਲ ਨਹੀਂ ਮਤਲਬ
6 ਮਹੀਨੇ ਮੈਂ ਉੱਥੇ ਹੁਣ ਜਿਵੇਂ ਪਿੱਛੇ 6.5 ਮਹੀਨੇ ਲਾ ਕੇ ਆਇਆ, ਹੁਣ 6 ਮਹੀਨੇ ਨੂੰ ਫਿਰ ਆਪਾਂ ਕਿਹੜਾ ਕੁੰਭ ਦਾ ਮੇਲਾ ਜਾਂ ਕਿਤੇ ਜੀ ਕਿਤੇ ਜੀ ਫਿਰ ਬਿਲਕੁਲ ਬਿਲਕੁਲ, ਇੱਥੇ ਮੁੜੇ ਆਉਣ ਵਾਸਤੇ ਤਾਂ ਮੇਨਟੇਨ ਰੱਖਣਾ ਪੈਂਦਾ ਬਿਲਕੁਲ 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 ਵਰਕ ਤੇ ਫੈਮਿਲੀ ਨੂੰ। ਬਿਲਕੁਲ ਵੀਰੇ ਬਿਲਕੁਲ ਬਿਲਕੁਲ ਪ੍ਰਿੰਸ ਵੀਰੇ, ਇੱਕ ਨਾ ਹਰੇਕ ਬੰਦੇ ਦੀ ਲਾਈਫ ਦਾ ਗੋਲ ਹੁੰਦਾ ਇੱਕ ਜੀ ਕਿ ਇਸ ਬੰਦੇ ਨਾਲ ਜਦੋਂ ਮੈਂ ਕੰਮ ਕਰ ਲਿਆ, ਹਾਲਾਂਕਿ ਤੁਸੀਂ ਆਲਰੇਡੀ ਇੱਕ ਵੱਡੇ ਦਿੱਗਜ ਨਾਲ ਕੰਮ ਕਰ ਚੁੱਕੇ ਹੋ, ਜੀ 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 ਕਿ ਇੱਕ ਮੇਰੀ ਲਾਈਫ ਦਾ ਗੋਲ ਹੈ ਕਿ ਆਹ ਚੀਜ਼ ਮਿਲ ਜੇ ਨਾ ਫਿਰ ਕੋਈ ਚੱਕਰ ਨਹੀਂ। ਸਮੇਂ ਦੇ ਹਿਸਾਬ ਨਾਲ ਨਾ ਇਹ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ। ਮੈਨੂੰ ਲੱਗਦਾ ਹੈ ਜੋ ਮੇਰੀਆਂ ਪਹਿਲਾਂ ਇੱਛਾਵਾਂ ਸੀਗੀਆਂ ਉਹ ਹੁਣ ਮੇਰੀਆਂ ਪੂਰੀਆਂ ਹੋ ਚੁੱਕੀਆਂ। ਪਹਿਲਾਂ ਬੜੀਆਂ ਛੋਟੀਆਂ ਛੋਟੀਆਂ ਇੱਛਾ ਹੁੰਦੀਆਂ ਸੀਗੀਆਂ। ਜੀ ਮੈਂ 5ਵੀਂ ਦੇ ਵਿੱਚ ਸੋਚਦਾ ਹੁੰਦਾ ਸੀਗਾ ਕਿ ਮੇਰੇ ਕੋਲ ਯਾਰ ਇੱਕ ਸਾਈਕਲ ਹੋਵੇ ਤਾਂ ਮੈਂ ਮਤਲਬ ਹਨਾ ਉਹਨੂੰ ਚਲਾਇਆ ਕਰਾਂ, ਭਾਵੇਂ ਪੁਰਾਣਾ ਹੀ ਹੋਵੇ। ਜੀ ਤਾਂ ਮਤਲਬ ਹੌਲੀ ਹੌਲੀ ਉਹ 8ਵੀਂ ਕਲਾਸ ਤੱਕ ਆ ਕੇ ਉਹ ਚੀਜ਼ਾਂ ਪੂਰੀਆਂ ਹੋ ਗਈਆਂ। ਫਿਰ ਇੱਛਾ ਹੋਈ ਵੀ ਹੁਣ ਸਕੂਟਰੀ ਹੋਵੇ, ਹੁਣ ਮੋਟਰਸਾਈਕਲ ਹੋਵੇ, ਚਲੋ ਸਮੇਂ ਦੇ ਹਿਸਾਬ ਨਾਲ ਉਹ ਵੀ ਸਾਰਾ ਮਿਲਦਾ ਰਿਹਾ। ਇਹ ਸਾਰੀਆਂ ਇੱਛਾ ਜਿਹੜੀਆਂ ਹਮੇਸ਼ਾ ਬਦਲਦੀਆਂ ਰਹਿੰਦੀਆਂ ਨੇ। ਜੀ ਜੇ ਪਦਾਰਥਵਾਦੀ ਸੋਚ ਹੋਵੇ ਤਾਂ ਉਹ ਪਦਾਰਥਾਂ ਵੱਲ ਅਟਰੈਕਟਿਵ ਹੁੰਦੀ ਆ, ਉਹ ਜੀ ਘਰ ਹੋਵੇ ਕਾਰ ਹੋਵੇ ਇਹ ਸਾਰੇ ਪਦਾਰਥ ਨੇ ਹਨਾ। ਬਿਲਕੁਲ ਜੀ ਤਾਂ ਪਰ ਅਸਲ ਜਿਹੜੀ ਮੰਜ਼ਿਲ ਹੈਗੀ ਆ, ਸਾਡਾ ਧਿਆਨ ਸਾਰਿਆਂ ਦਾ ਉਧਰੋਂ ਭਟਕਿਆ ਹੋਇਆ। ਹੈਣ ਵਿਰਲੇ ਨਾਹੀ ਘਣੇ ਫੈਲ ਫਕਰ ਸੰਸਾਰ, ਬਿਲਕੁਲ ਜੀ ਅਸਲ 'ਚ ਸਾਡੀ ਜਿਹੜੀ ਖੇਡ ਆ ਉਹ ਪਰਮਾਤਮਾ ਦੇ ਵੱਲ ਹੋਣੀ ਚਾਹੀਦੀ ਆ। ਗੋਲ ਜੀ ਸਾਡਾ ਪਰਮਾਤਮਾ ਹੀ ਹੋਣਾ ਚਾਹੀਦਾ। ਉਹਨੂੰ ਤੁਸੀਂ ਸੰਗੀਤ ਮੰਨ ਲਓ, ਉਹਨੂੰ ਜੀ ਤੁਸੀਂ ਲੱਕੜ ਵਾਲਾ ਕੰਮ ਕਰਨ ਵਾਲਾ ਮੰਨ ਲਓ, ਵੀ ਤੁਸੀਂ ਜੀ ਆਪਦੇ ਕੰਮ ਨੂੰ ਇਸ਼ਕ ਕਰਨਾ ਹੈ, ਉਹ ਬਿਲਕੁਲ ਜੀ ਤੁਹਾਡਾ ਗੋਲ ਹੁੰਦਾ ਆ। ਜੀ ਜੇ ਤੁਸੀਂ ਪੰਜਾਬੀ 'ਚ ਆਪਾਂ ਕਹੀਏ ਵੀ ਇੱਕ ਕੰਮ ਕਰਨ ਵਾਲਾ ਜੇ ਆਪਦੇ ਕੰਮ ਪ੍ਰਤੀ ਵਫਾਦਾਰ ਨਹੀਂ ਨਾ, ਉਹ ਕਈ ਕਿਤੇ ਨਾ ਕਿਤੇ ਬੇਈਮਾਨੀ ਕਰ ਰਿਹਾ ਆਪਦੇ ਆਪ ਬਿਲਕੁਲ ਨਾਲ ਜੀ ਔਰ ਆਪਦੇ ਕੰਮ ਨਾਲ ਵੀ, ਜੀ ਜੀ ਹਨਾ। ਤਾਂ ਮੈਨੂੰ ਇਹ ਲੱਗਦਾ ਮੇਰੇ ਨਾਲ ਇਹ ਪੋਜ਼ਿਟਿਵ ਚੀਜ਼ਾਂ ਇਹ ਹੋਈਆਂ ਵੀ ਜਿਹੜੇ ਜਿਹੜੀ ਚੀਜ਼ ਨੂੰ ਮੈਂ ਪਿਆਰ ਕਰਦਾ ਸੀ ਕੁਦਰਤੀ ਉਹੀ ਮੇਰਾ ਕੰਮ ਬਣੀ, ਬਿਲਕੁਲ ਜੀ ਮੇਰਾ ਪੈਸ਼ਨ ਤੇ ਮੇਰਾ ਪ੍ਰੋਫੈਸ਼ਨ ਸੇਮ ਹੋ ਗਿਆ, ਹਾਂਜੀ। ਤੇ ਇਸ ਕਰਕੇ ਮੈਨੂੰ ਕੋਈ ਉਹ ਦਿੱਕਤ ਮਹਿਸੂਸ ਨਹੀਂ ਹੁੰਦੀ। ਤੇ ਮੇਰਾ ਗੋਲ ਸੰਗੀਤ ਦੇ ਵਿੱਚ ਰਹਿ ਕੇ ਹਮੇਸ਼ਾ ਸੰਗੀਤ ਦੀ ਸੇਵਾ ਕਰਕੇ ਇਹਨੂੰ ਸਪਰੈਡ ਕਰਨਾ, ਲੋਕਾਂ ਤੱਕ ਜੀ ਪਹੁੰਚਾਉਣਾ, ਤਾਂ ਕਿ ਲੋਕੀ ਵੀ ਜਿਹੜਾ ਇੰਜੋਏ ਮੈਂ ਫੀਲ ਕਰ ਰਿਹਾ ਇਹਨੂੰ ਜੀ ਗਾਉਂਦੇ ਹੋਏ, ਇਹਨੂੰ ਪਲੇ ਕਰਦੇ ਹੋਏ, ਸਾਜ਼ਾਂ ਨੂੰ ਵਜਾਉਂਦੇ, ਸਾਜ਼ਾਂ ਵਿੱਚ ਰਹਿੰਦੇ ਹੋਏ, ਬਿਲਕੁਲ ਤਾਂ ਉਹ ਲੋਕ ਵੀ ਫੀਲ ਕਰਨ ਤਾਂ ਕਿ ਉਹ ਸਟ्रेस ਮੁਕਤ ਹੋ ਸਕਣ। ਜੀ ਕਿਉਂਕਿ ਅੱਜ ਕੱਲ ਮਤਲਬ ਸਟ्रेस ਹਰੇਕ ਬੰਦੀ ਜੇ ਬੰਦੇ ਨੂੰ ਸਟ्रेस ਹੈ ਹਨਾ, ਮਾਈਗ੍ਰੇਨ ਹੈ, ਤਾਂ ਇਹ ਇਹ ਸਾਰੀਆਂ ਚੀਜ਼ਾਂ ਇਹ ਦਵਾਈ ਆ ਬਹੁਤ ਵੱਡੀ ਸੰਗੀਤ। ਬਿਲਕੁਲ ਜੀ। ਪ੍ਰਿੰਸ ਵੀਰੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ, ਇੱਕ ਤੁਹਾਡੇ ਕੋਲ ਬੈਠਣਾ ਇੱਕ ਕਹਿ ਲਓ ਵੀ ਇੱਕ ਕਲਾਸਰੂਮ ਦੇ ਵਰਗਾ ਸੀਗਾ ਸਾਡੇ ਲਈ, ਜਿਵੇਂ ਕਿ ਸਿੰਗਿੰਗ ਦੀ ਕਲਾਸ ਹੁੰਦੀ ਹੈ। ਤਾਂ ਜਿਵੇਂ ਕਿ ਆਪਣੀ ਹੁਣ ਪੋਡਕਾਸਟ ਦਾ ਆਲਮੋਸਟ ਐਂਡ ਹੋਣ ਵਾਲਾ ਹੈ, ਜੀ ਜੀ ਤਾਂ ਬੱਚੇ ਕਈ ਬੱਚੇ ਇਹੋ ਜਿਹੇ ਹੁੰਦੇ ਆ ਸਿੰਗਿੰਗ ਦੀ ਲਾਈਨ ਵਿੱਚ ਜਾਂਦੇ ਆ, ਬਚਪਨ 'ਚ ਬੜੀ ਉਹਨਾਂ ਨੂੰ ਗਿਫਟਡ ਵੌਇਸ ਹੁੰਦੀ ਹੈ ਉਹਨਾਂ ਜੀ ਕੋਲੇ, ਤਾਂ ਸਿੱਖਣ ਦੀ ਲੋੜ ਵੀ ਨਹੀਂ ਹੁੰਦੀ, ਐਡਾ ਸੋਹਣਾ ਗਾ ਲੈਂਦੇ ਆ, ਸੁਣ ਕੇ ਵਧੀਆ ਗਾ ਲੈਂਦੇ ਆ। ਜੀ ਜੀ ਤਾਂ ਇੱਕ ਪੀਰੀਅਡ ਆਉਂਦਾ 11-12 ਸਾਲ ਦੀ ਉਮਰ ਬਾਅਦ, ਫਿਰ ਜਦੋਂ ਅਡਲਟ ਹੁੰਦੇ ਆ ਜੀ ਉਹਨਾਂ ਦੀ ਆਵਾਜ਼ ਦੱਬ ਜਾਂਦੀ ਹੈ ਜਾਂ ਆਵਾਜ਼ ਖਤਮ ਹੋ ਜਾਂਦੀ ਹੈ, ਕੀ ਰੀਜ਼ਨ ਬਣਦਾ ਹੈ ਇਹੋ ਜਿਹੇ ਬੱਚਿਆਂ ਲਈ? ਕੋਈ ਐਡਵਾਈਸ ਹੋਵੇ? ਰੀਜ਼ਨ ਇਹੀ ਹੈ, ਦੇਖੋ ਉਹਨੂੰ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਪਰਮਾਤਮਾ ਨੇ ਤੁਹਾਨੂੰ ਬਹੁਤ ਵੱਡੀ ਦਾਤ ਦਿੱਤੀ ਹੈ। ਜੀ ਕਹਿੰਦੇ ਵੀ ਸੰਗੀਤ ਮਿਲਦਾ ਹੀ ਕਰਮਾਂ ਨਾਲ ਹੈ ਹਨਾ। ਜੀ ਜੇ ਮਤਲਬ 100 ਬੰਦਾ ਜਨਮ ਲੈਂਦਾ ਨਾ, ਤੇ ਵਿੱਚੋਂ 100 ਦੇ ਵਿੱਚੋਂ ਇੱਕ ਸੰਗੀਤ ਨਾਲ ਸੰਬੰਧ ਰੱਖਦਾ ਜੀ ਹੁੰਦਾ, ਜੀ ਠੀਕ ਹੈ, 99 ਨਹੀਂ ਰੱਖਦੇ ਹੁੰਦੇ। ਇੱਕ ਕਲਾਸਰੂਮ ਦੇ ਵਿੱਚ ਤੁਸੀਂ ਜਾਓ ਸਾਰੇ ਬੱਚੇ ਸਿੱਖਣ ਵਾਲੇ ਨਹੀਂ ਹੁੰਦੇ, ਜੀ 50 ਬੱਚੇ ਆ ਤਾਂ 50 'ਚ 2 ਬੱਚੇ ਤੁਹਾਨੂੰ ਮਸਾਂ ਲੱਭਦੇ, ਇੱਕ ਹੀ ਮਸਾਂ ਲੱਭਦਾ ਜੀ ਸਿੱਖਣ ਵਾਲਾ। ਸੋ ਸੰਗੀਤ ਇੱਕ ਸੰਪੂਰਨ ਕਲਾ, ਪਹਿਲੀ ਗੱਲ ਜਿਹਦੇ ਕੋਲੇ ਨੈਚੁਰਲ ਹੈਗੀ ਹੈ, ਤੋ ਇਹ ਮੰਨੇ ਵੀ ਮੇਰੀ ਪਿਛਲੇ ਜਨਮ ਦੀ ਕੋਈ ਭਗਤੀ ਕੀਤੀ ਸੀ ਤਾਂ ਮੈਨੂੰ ਸੰਗੀਤ ਮਿਲਿਆ ਆ, ਜਾਂ ਮੇਰਾ ਜੀ ਪਿਛਲੇ ਜਨਮ ਦਾ ਕੋਈ ਰਿਆਜ਼ ਕੀਤਾ ਹੋਇਆ ਸੀ ਤਾਂ ਮੈਂ ਇਸ ਜਨਮ 'ਚ ਸੋਹਣਾ ਗਾ ਰਿਹਾ। ਬਿਲਕੁਲ ਜੀ। ਤਾਂ ਜੇ ਉਹ ਸੋਹਣਾ ਗਾ ਰਿਹਾ ਹੈ ਤਾਂ ਉਹਨੂੰ ਮੇਨਟੇਨ ਰੱਖਣਾ ਵੀ ਜ਼ਰੂਰੀ ਹੈ। ਜੀ ਜੇ ਤੁਸੀਂ ਬਹੁਤ ਜ਼ਿਆਦਾ ਕਰਕੇ ਅੱਗੇ ਨਹੀਂ ਵੱਧ ਸਕਦੇ ਤਾਂ ਪਿੱਛੇ ਤਾਂ ਨਾ ਜਾਓ ਨਾ। ਬਿਲਕੁਲ ਤਾਂ ਇੱਕ ਜਿਹੜੀ ਉਹ ਤੁਸੀਂ ਗੱਲ ਕੀਤੀ ਵੀ ਜਦੋਂ ਅਡਲਟ ਹੋ ਜਾਂਦਾ ਹੈ ਨਾ, ਜੀ ਤਾਂ ਉਦੋਂ ਇੱਕ ਵੌਇਸ ਦੇ ਵਿੱਚ ਚੇਂਜ ਆਉਂਦੀ ਹੈ ਤੁਹਾਡੀ, ਮਤਲਬ ਜਿਵੇਂ ਆਪਾਂ ਕਹਿੰਦੇ ਘੰਟੀ ਫਟਦੀ ਹੈ ਜੀ। ਆਪਣੀ, ਪਹਿਲਾਂ ਮੇਰੀ ਆਵਾਜ਼ ਵੀ ਜਿਵੇਂ ਇੱਕ ਲਾਈਕ ਫੀਮੇਲ ਵਾਇਸ ਵਰਗੀ ਸੀ ਜਦੋਂ 13-14 ਸਾਲ ਦੇ ਹੁੰਦੇ ਆ, ਤਾਂ ਉਦੋਂ ਬਾਅਦ ਮੈਚਿਓਰ ਹੁੰਦੀ ਹੈ ਵਾਇਸ, ਹਨਾ, ਭਾਰੀ ਹੋ ਜਾਂਦੀ ਹੈ, ਭਾਰੀ ਹੋ ਜਾਂਦੀ ਹੈ, ਤਾਂ ਉਦੋਂ ਵੀ ਤੁਸੀਂ ਰਿਆਜ਼ ਨਹੀਂ ਛੱਡਣਾ ਹੁੰਦਾ।
ਮਤਲਬ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਤੁਸੀਂ ਕੰਮ 'ਚ ਵਾੜੀ ਗਏ, ਨੱਚ ਵੀ ਤੇ ਘੁੰਡ ਫਿਰ ਕਾਹਦਾ, ਹੈ ਨਾ। ਜੀ ਜੇ ਹੁਣ ਮੈਂ ਇਹ ਕੰਮ ਕਰਦਾ ਆ ਤੇ ਫਿਰ ਮੈਨੂੰ ਇਹਦੇ 'ਚ ਇਹਨੂੰ ਟਾਈਮ ਦੇਣਾ ਪੈਣਾ, ਇਹਨੂੰ ਡਿਵੋਟ ਹੋਣਾ ਪੈਣਾ ਆ। ਸੁਬਾ ਜੀ ਵੀ ਮੈਨੂੰ 2-3 ਘੰਟੇ ਦੇਣੇ ਪੈਣੇ ਆ, ਸ਼ਾਮ ਨੂੰ ਵੀ ਜੀ ਦੇਣੇ ਪੈਣੇ ਆ। ਜੇ ਤੁਸੀਂ 6-7 ਘੰਟੇ ਨਹੀਂ ਦੇ ਸਕਦੇ, ਹੁਣ ਕਈ ਬੱਚੇ ਕਹਿੰਦੇ ਆ ਸਰ ਜੀ ਅਸੀਂ ਰਿਆਜ਼ ਕਰਦੇ ਆ, ਸਾਨੂੰ ਫਰਕ ਨਹੀਂ ਪੈਂਦਾ। ਮੈਂ ਕਿਹਾ ਵੀਰੇ ਕਿੰਨਾ ਚਿਰ ਰਿਆਜ਼ ਕਰਦੇ? 15 ਮਿੰਟ ਕਰਦੇ ਹੁੰਦੇ ਆ ਜੀ, ਜੀ 15 ਮਿੰਟ 'ਚ ਮਾਮਾ ਕੀ ਫਰਕ ਪਊਗਾ, ਠੀਕ ਬਿਲਕੁਲ ਹੈ। ਤੇ ਜੀ ਇਹਦਾ ਉਮਰਾਂ ਲੱਗ ਜਾਂਦੀਆਂ ਨੇ। ਸੋ ਮਤਲਬ ਇਹਨੂੰ ਪ੍ਰੋਪਰ ਉਵੇਂ ਤੁਸੀਂ ਸਮਝੋ ਜਿਵੇਂ ਤੁਸੀਂ ਸੁਬਾ ਸਕੂਲ ਜਾਂਦੇ ਸੀ, ਸ਼ਾਮ ਨੂੰ ਘਰੇ ਵੜਦੇ ਸੀ, ਰੋਟੀ ਪਾਣੀ ਆਪਦਾ ਨਾਲ ਲੈ ਕੇ ਜਾਂਦੇ ਸੀਗੇ, ਉਸ ਤਰੀਕੇ ਦੇ ਨਾਲ ਤੁਸੀਂ 3-4 ਘੰਟੇ ਲਗਾਤਾਰ, 5 ਘੰਟੇ ਬੈਠਦੇ ਹੋ। ਬਿਲਕੁਲ ਜੇ ਤਾਂ ਜੀ ਬੈਠਦੇ ਹੋ ਫਿਰ ਤਾਂ ਤੁਸੀਂ ਉਸ ਚੀਜ਼ ਨੂੰ ਮੇਨਟੇਨ ਕਰਕੇ ਰੱਖੋਗੇ। ਜੀ ਉਸਤਾਦ ਲੋਕ, ਤੁਸੀਂ ਨੁਸਰ ਸਾਹਿਬ ਦੀਆਂ ਇੰਟਰਵਿਊ ਸੁਣੇ ਹੋ, ਉਹ ਕਹਿੰਦੇ ਸੀਗੇ ਵੀ ਸਾਡਾ ਰੂਮ ਇੱਕ ਇਹੋ ਜਿਹਾ ਸੀਗਾ ਵੀ ਅਸੀਂ ਸੁਬਾ ਵੜਦੇ ਸੀ ਤਾਂ ਜਦੋਂ ਬਾਹਰ ਨਿਕਲਦੇ ਸੀ ਰਾਤ ਹੋਈ ਹੁੰਦੀ ਸੀ, ਕਈ ਵਾਰੀ ਰਾਤ ਨੂੰ ਬੈਠਣਾ ਸੁਬਾ ਦਿਨ ਚੜ੍ਹਿਆ ਹੁੰਦਾ ਸੀ। ਜੀ ਸੋ ਤੁਸੀਂ ਉਹ ਮਤਲਬ 17-18 ਘੰਟੇ ਰਿਆਜ਼ ਕਰਨ ਵਾਲੀਆਂ ਉਹ ਕਿਆ ਰੂਹਾਂ, ਬਾਤ ਹੈ, ਹਨਾ। ਤੇ ਅਸੀਂ ਤਾਂ ਕੁਝ ਵੀ ਨਹੀਂ ਕਰਦੇ, ਤੇ ਅਸੀਂ ਪ੍ਰਾਪਤੀਆਂ ਚਾਹੁੰਦੇ ਆ ਵੀ ਸਾਨੂੰ ਬਹੁਤ ਵੱਡਾ ਸਾਡਾ ਗਲਾ ਬਿਲਕੁਲ ਹੈ ਜੀ ਤਿਆਰ ਹੋ ਜੇ। ਸੋ ਜਿਹੜੀ ਚੀਜ਼ ਇੱਕ ਵਾਰ ਬਣ ਗਈ ਉਹਨੇ ਢਹਿਣਾ ਜ਼ਰੂਰ ਹੈ, ਜੇ ਤੁਸੀਂ ਉਹਨੂੰ ਪ੍ਰੋਪਰ ਉਹਦੀ ਸੰਭਾਈ ਨਹੀਂ ਕਰੋਗੇ, ਹਨਾ, ਉਹਦਾ ਖਿਆਲ ਨਹੀਂ ਰੱਖੋਗੇ, ਉਹਨੂੰ ਮੇਨਟੇਨ ਰੱਖਣ ਵਾਸਤੇ ਕੁਝ ਮਤਲਬ ਕੰਮ ਨਹੀ�ं ਕਰੋਗੇ, ਤਾਂ ਬਿਲਕੁਲ ਉਹਨੇ ਜੀ। ਫਿਰ ਢਹਿਣਾ ਹੀ ਹੈ ਇੱਕ। ਬਹੁਤ ਸਾਰੇ ਸਿੰਗਰ ਹੈ ਆਟੋ ਟਿਊਨਿੰਗ ਦਾ ਸਹਾਰਾ ਲੈ ਕੇ ਇੱਕ ਨਾਮ ਕਮਾ ਲੈਂਦੇ ਆ, ਜੀ 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 ਉਹਦੀ ਲਾਈਫ ਤੁਸੀਂ ਕਿੰਨੇ ਕਮਾਉਂਦੇ ਹੋ? ਲਾਈਫ ਆਟੋ ਟਿਊਨਰ ਕੋਈ ਮਾੜੀ ਚੀਜ਼ ਨਹੀਂ ਹੈ, ਆਟੋ ਟਿਊਨਰ ਚੰਗੀ ਚੀਜ਼ ਹੈ। ਪੁਰਾਣੇ ਗਾਣਿਆਂ ਦੇ ਵਿੱਚ ਵੀ ਲੱਗਦੀ ਰਹੀ ਹੈ, ਹੁਣ ਜੀ ਵੀ, ਹੁਣ ਬਹੁਤ ਜ਼ਿਆਦਾ ਲੱਗ ਰਹੀ ਹੈ। ਹੁਣ ਜਮੇ ਬੇਸੁਰਾ ਹੁੰਦਾ ਜਿਹੜਾ ਉਹਨੂੰ ਸਰਚ ਕਰ ਦਿੰਦੇ ਨੇ, ਜੀ ਮਤਲਬ ਇਹ ਇੱਕ ਜਿਵੇਂ ਕਹਿ ਲਈਏ ਆਪਾਂ ਬੂਟ, ਇੱਕ ਬਿਨਾਂ ਪਾਲਿਸ਼ ਤੋਂ ਹੁੰਦਾ, ਇੱਕ ਪਾਲਿਸ਼ ਕੀਤਾ ਹੋਇਆ ਬੂਟ ਹੁੰਦਾ, ਸਿਰਫ ਜੀ ਇੰਨਾ ਕੁ ਫਰਕ ਹੈ, ਹਨਾ। ਤਾਂ ਮਤਲਬ ਉਹ ਜਿੰਨੀ ਕੁ ਲੋੜ ਮੁਤਾਬਕ ਇੱਕ ਵਧੀਆ ਆਰਟਿਸਟ, ਐਂ ਨਹੀਂ ਹੈਗਾ ਵੀ ਤੁਸੀਂ ਬਿਨਾਂ ਕਿਤੇ, ਹੁਣ ਤੁਸੀਂ ਲਾਈਵ ਗਾਉਣਾ ਹੈ ਸਪੋਜ਼, ਜੀ ਉੱਥੇ ਉੱਥੇ ਫਿਰ ਟੈਂਟ ਫਿਸ ਹੋ ਜੂਗੀ ਸਾਡੀ, ਬਿਲਕੁਲ ਉੱਥੇ ਜੀ ਸਾਡੇ ਤੋਂ ਇੱਕ ਅੱਖਰ ਵੀ ਨਹੀਂ, ਸ਼ਬਦ ਵੀ ਨਹੀਂ ਸੁਰ 'ਚ ਬੋਲਿਆ ਜਾਣਾ। ਬਿਲਕੁਲ ਜੀ, ਤਾਂ ਸਭ ਤੋਂ ਪਹਿਲਾਂ ਤੁਸੀਂ ਲਾਈਵ ਵਾਸਤੇ ਤਿਆਰ ਹੋ ਵੀ ਤੁਸੀਂ ਆਡੀਅੰਸ ਨੂੰ ਆਪਦੇ 4 ਬੰਦਿਆਂ 'ਚ ਬੈਠੇ ਹੋ, ਤੁਸੀਂ ਤੁਹਾਡੀ ਆਵਾਜ਼ ਕਿੱਦਾਂ ਦੀ ਫੀਲ ਕਰ ਰਹੀ ਹੈ, ਕਿੱਦਾਂ ਦੀ ਜੀ ਸਾਊਂਡ ਕਰ ਰਹੀ ਹੈ। ਹਾਂ, ਆਟੋ ਟਿਊਨਰ ਤੁਸੀਂ ਲਾ ਕੇ ਮਤਲਬ ਜੇ ਗਾਣਾ ਹੋਰ ਸ਼ਾਈਨ ਕਰਦਾ ਤਾਂ ਉਹਨੂੰ ਲਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ, ਬਿਲਕੁਲ ਪਰ ਜੀ। ਜੇ ਬਹੁਤਾਤ ਦੇ ਵਿੱਚ ਮੇਰੇ ਵਰਗਾ ਬੇਸੁਰਾ ਕਵੇ ਵੀ ਮੈਂ ਰਿਆਜ਼ ਤਾਂ ਨਹੀਂ ਕਰਨਾ ਪਰ ਮੈਂ ਆਟੋ ਟਿਊਨਰ ਲਾ ਕੇ ਮੈਂ 2 ਗਾਣੇ ਕਰਕੇ ਹਿੱਟ, ਫਿਰ ਉਹ ਜਿਵੇਂ ਆਇਆ ਤੇ ਗਿਆ, ਉਹਨੂੰ ਬਿਲਕੁਲ ਜੀ ਬਿਲਕੁਲ ਕੱਲ ਨੂੰ ਆਪਦਾ ਗਾਣਾ ਵੀ ਨਹੀਂ ਯਾਦ ਹੁੰਦਾ ਵੀ ਮੈਂ ਕਿਹੜੀ ਬਿਲਕੁਲ ਡੇਟ ਨੂੰ ਬਿਲਕੁਲ ਰਿਲੀਜ਼ ਕੀਤਾ ਸੀ ਜਾਂ ਉਹਦੇ ਬੋਲ ਕੀ ਸੀ, ਉਹਦਾ ਮਿਊਜ਼ਿਕ ਕਿਵੇਂ ਦਾ ਸੀ, ਨਹੀਂ ਯਾਦ ਹੁੰਦਾ ਜੀ। ਥੈਂਕ ਯੂ ਫਰੈਂਡਸ ਵੀਰੇ, ਪਰ ਆਪਾਂ ਹਜੇ ਥੋੜ੍ਹਾ ਜਿਹਾ ਐਂਡ ਕਰਨ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਰੈਪਿਡ ਫਾਇਰ ਕਰਾਂਗੇ ਜੀ ਤੇ ਜੀ ਅਸੀਂ 3-4 ਗਾਣੇ ਸੁਣ ਕੇ ਫਿਰ ਤੁਹਾਨੂੰ ਜਾਣ ਦੇਵਾਂਗੇ। ਠੀਕ ਹੈ ਜੀ, ਰੈਪਿਡ ਫਾਇਰ ਦੇ ਵਿੱਚ ਮੈਂ ਹੁਣ ਇੱਕ 5-7 ਕੁਐਸਚਨ ਪੁੱਟ ਕਰੂੰਗਾ, ਠੀਕ ਹੈ ਵੀਰੇ। ਤਾਂ ਤੁਸੀਂ ਡਿਟੇਲ ਵੀ ਦੇ ਸਕਦੇ ਹੋ ਉਹਨਾਂ ਦੀ ਵੀ, ਕਿਉਂ ਤੁਹਾਡਾ ਫੇਵਰਿਟ ਸਿੰਗਰ ਖੁਦ ਦਾ ਕੌਣ ਹੈ? ਮੇਰੇ ਫੇਵਰਿਟ ਸਿੰਗਰ ਪੰਜਾਬੀਆਂ ਚੋਂ ਸਤਿੰਦਰ ਸਰਤਾਜ ਜੀ। ਜੀ, ਤੁਹਾਨੂੰ ਰਾਈਟਿੰਗ ਕਿੰਨਾ ਦੀ ਵਧੀਆ ਲੱਗਦੀ ਹੈ? ਰਾਈਟਿੰਗ ਮੈਨੂੰ ਦੋ ਬੰਦੇ ਮੈਂ ਨਾਲ ਆਉਂਗਾ, ਇੱਕ ਹਰਮਨਜੀਤ ਬਾਈ ਰਾਣੀ ਤੱਤ ਵਾਲੇ, ਉਹਨਾਂ ਦੀ ਰਾਈਟਿੰਗ ਮੈਨੂੰ ਬਹੁਤ ਸੋਹਣੀ ਲੱਗਦੀ ਹੈ, ਉਹਨਾਂ ਦੇ ਜੀ ਗੀਤ ਬੜੇ ਪਿਆਰੇ ਹੁੰਦੇ ਆ, ਇੱਕ ਡਾਕਟਰ ਸਤਿੰਦਰ ਸਰਤਾਜ। ਕਿਆ ਬਾਤ ਹੈ ਜੀ, ਜੀ ਆਪਣੀ ਨਾ ਕਹਿ ਲਓ ਵੀ ਪਸੰਦ ਬੜੀ ਮੈਚ ਕਰਦੀ ਹੈ। ਇੱਕ ਦਿਨ ਆਪਾਂ ਮਿਲੇ ਸੀਗੇ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਇੱਕ ਮੈਂ ਤੁਹਾਨੂੰ ਸੁਣਨਾ ਬਹੁਤ ਪਸੰਦ ਕਰਦਾ ਜੀ ਜੀ ਕਿਉਂਕਿ ਮੈਂ ਲਾਈਵ ਸੁਣਨ ਦਾ ਮੌਕਾ ਮਿਲ ਜਾਂਦਾ, ਹਾਂਜੀ ਇੱਕ ਮੈਂ ਹਾਂਜੀ ਸਰਤਾਜ ਜੀ ਨੂੰ ਸੁਣਨਾ ਬੜਾ ਜੀ ਪਸੰਦ ਜੀ ਕਰਦਾ। ਪੰਜਾਬੀ ਮੂਵੀਜ਼ ਦੇ ਵਿੱਚ ਤੁਹਾਡਾ ਫੇਵਰਿਟ ਐਕਟਰ ਕੌਣ ਹੈ? ਅਮਰਿੰਦਰ ਗਿੱਲ ਭਾਅ ਜੀ, ਇਹਨਾਂ ਦਾ ਨਾਮ ਅਕਸਰ ਲੋਕ ਲੈਂਦੇ ਆ। ਜੀ 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 ਐਕਟਰੈਸ ਕਿਹੜੀ ਵਧੀਆ ਲੱਗਦੀ ਹੈ? ਐਕਟਰੈਸ ਦੇ ਵਿੱਚ ਮੈਨੂੰ ਸੋਨਮ ਬਾਜਵਾ ਜੀ। ਇਹੋ ਜਿਹਾ ਕੋਈ ਸਿੰਗਰ ਜਿਨ੍ਹਾਂ ਨਾਲ ਫਿਊਚਰ ਦੇ ਵਿੱਚ ਕਲੈਬ ਕਰਨਾ ਚਾਹੋਗੇ? ਮੈਂ ਅਮਰਿੰਦਰ ਗਿੱਲ ਭਾਅ ਜੀ ਨਾਲ ਕਲੈਬ ਕਰਨਾ ਚਾਹੂੰਗਾ। ਦੂਜਾ ਨਾਮ ਵੀ ਹੈਗਾ ਆ, ਉਹ ਹੈਗਾ ਕਨਵਰ ਗਰੇਵਾਲ ਭਾਅ ਜੀ। ਜੀ, ਜੀ, ਕਿਹੜੇ ਸਿੰਗਰ ਨੂੰ ਤੁਸੀਂ ਆਪਣਾ ਆਈਡਲ ਮੰਨਦੇ ਹੋ? ਸਿੰਗਿੰਗ ਦੇ ਵਿੱਚ ਜੇ ਮੈਂ ਮਤਲਬ ਹੁਣ ਮੈਂ ਕਿਉਂਕਿ ਡਾਕਟਰ ਸਤਿੰਦਰ ਸਰਤਾਜ ਜੀ ਦੀ ਮੈਂ ਪਹਿਲਾਂ ਗੱਲ ਕਰ ਚੁੱਕਿਆ ਨਾ, ਜੀ ਉਹ ਵੀ ਮਤਲਬ ਆਈਡਲ ਨੇ, ਪਰ ਦੂਜਾ ਨਾਮ ਜਿਹੜੇ ਪੰਜਾਬ ਦੇ ਵਿੱਚ ਪੰਜਾਬੀ ਬੰਦਾ ਹੋਵੇ ਤੇ ਬਾਲੀਵੁੱਡ ਦੇ ਵਿੱਚ ਛਾਇਆ ਹੋਵੇ, ਉਹਨੂੰ ਬਾਲੀਵੁੱਡ ਦਾ ਸ਼ੇਰ ਕਹਿੰਦੇ ਹੁਣ, ਉਹ ਸੁਖਵਿੰਦਰ ਸਿੰਘ, ਕਿਆ ਹੈ ਨਾ, ਬਾਤ ਉਹਨਾਂ ਨੂੰ ਮੈਂ ਆਪਦਾ ਆਈਡਲ ਮੰਨਦਾ ਵੀ ਮਤਲਬ ਜੀ ਉਹਨਾਂ ਦੇ ਜੀ ਗੀਤ ਤੇ ਉਹਨਾਂ ਦੀ એનર્ਜੀ ਮੈਨੂੰ ਬਹੁਤ ਕਮਾਲ ਦੀ ਲੱਗਦੀ ਹੈ।
ਤੁਹਾਡਾ ਮਿਊਜ਼ਿਕ ਡਾਇਰੈਕਟਰ ਕੌਣ ਹੈ ਫੇਵਰੇਟ? ਮੇਰਾ ਮਿਊਜ਼ਿਕ ਡਾਇਰੈਕਟਰ ਫੇਵਰੇਟ ਹੈ ਜਿਹੜਾ ਉਹ ਹੈਗਾ ਗੁਰਮੋਹ ਬਾਈ। ਜੀ, ਹਾਂਜੀ ਅਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਨਾਲ ਜੋ ਵੀ ਤੁਸੀਂ ਨਾਮ ਲਏ ਨੇ, ਜੀ ਜੀ ਇੱਕ ਛੋਟਾ ਰੈਪਿਡ ਫਾਇਰ ਆਪਾਂ ਪਲੇ ਕੀਤਾ, ਜੀ ਸਭ ਨਾਲ ਤੁਹਾਡੀ ਮੁਲਾਕਾਤ ਹੋਵੇ, ਤੁਹਾਨੂੰ ਜੀ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲੇ, ਬਿਲਕੁਲ, ਸਾਡਾ ਭਰਾ ਰੱਜ ਰੱਜ ਕੇ ਤਰੱਕੀਆਂ ਕਰੇ। ਬਹੁਤ ਬਹੁਤ ਸ਼ੁਕਰੀਆ। ਅਤੇ ਵੀਰ ਜੀ, ਮੈਂ ਥੈਂਕ ਯੂ ਕਰਦਾ ਫਿਰ ਤੁਹਾਡਾ ਕਿ ਤੁਸੀਂ ਇੱਥੇ ਆਏ, ਅਤੇ ਬਸ ਹੁਣ ਗੀਤ ਨਾਲ ਕਿ ਆਪਾਂ ਇਸ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਜ਼ਰੂਰ ਜ਼ਰੂਰ। ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ, ਅਤੇ ਪ੍ਰਿੰਸ ਵੀਰ ਜੀ ਆਪਣੇ ਸ਼੍ਰੀ ਮੁਕਤਸਰ ਸਾਹਿਬ ਦੀ ਸ਼ਾਨ, ਇਹਨਾਂ ਨੂੰ ਰੱਜ ਰੱਜ ਕੇ ਸਪੋਰਟ ਕਰੋ, ਇੰਨਾ ਸਪੋਰਟ ਕਰੋ ਕਿ ਪਤਾ ਲੱਗੇ ਕਿ ਸਾਡੇ ਸ਼ਹਿਰ ਦਾ ਮੁੰਡਾ ਇੰਨੀ ਦੁਨੀਆ ਤੱਕ ਛਾਇਆ ਹੋਇਆ। ਤਾਂ ਥੈਂਕ ਯੂ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੀ ਕਹਿ ਕੇ ਬਿਸਮਿਲਾ, ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੀ ਕਹਿ ਕੇ ਬਿਸਮਿਲਾ, ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਢਿੱਲਾ, ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੀ ਕਹਿ ਕੇ ਬਿਸਮਿਲਾ, ਨਿਲਾਮੀ ਕੀਤੀ ਇਸ਼ਕੇ ਦੀ ਪਿਆਰਿਆ ਵੀ ਕਹਿ ਕੇ ਬਿਸਮਿਲਾ, ਤੇਰੇ ਨੈਣਾ ਕੀਤਾ ਜਦ ਜਾਦੂ ਟੋਣਾ ਮੇਰੇ ਬੋਲ ਗਵਾਚੇ ਦਿਲ ਗਾਵਣ ਲੱਗਾ, ਇੱਕ ਨਸ਼ਾ ਅਨੋਖਾ ਇੱਕ ਤਲਬਿਆ ਬੱਲੀ ਮੇਰਾ ਪੋਟਾ ਪੋਟਾ ਮੁਸਕਾਵਣ ਲੱਗਾ, ਪਰ ਹੋਏ ਪਰਾਏ ਇਕਦਮ ਪਰਛਾਵੇ ਸ਼ਰਮਿੰਦੇ ਹੋ ਗਏ ਕੁੱਲ ਦੁਨੀਆ ਸਾਵੇਂ ਹਏ, ਗਵਾਹੀ ਜਦੋਂ ਮੰਗੀ ਮੈਂ ਵੇ ਪਿਆਰਿਆ ਹੁੰਗਾਰਾ ਦਿੱਤਾ ਢਿੱਲਾ, ਗਵਾਹੀ ਜਦੋਂ ਮੰਗੀ ਮੈਂ ਵੇ ਪਿਆਰਿਆ ਹੁੰਗਾਰਾ ਦਿੱਤਾ ਢਿੱਲਾ, ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਢਿੱਲਾ, ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇ ਕਹਿ ਕੇ ਬਿਸਮਿਲਾ, ਨਿਲਾਮੀ ਕੀਤੀ ਇਸ਼ਕੇ ਦੀ ਪਿਆਰਿਆ ਵੇ ਕਹਿ ਕੇ ਬਿਸਮਿਲਾ। ਕਿਆ ਬਾਤ ਹੈ ਵੀਰ ਜੀ, ਬਹੁਤ ਆਨੰਦ ਆ ਗਿਆ, ਆਨੰਦ ਹੀ ਆਨੰਦ ਆ ਗਿਆ। ਇੱਕ ਕੋਈ ਵੀ ਤੁਹਾਡਾ ਕੋਈ ਫੇਵਰੇਟ ਸੌਂਗ ਆਪਣਾ ਜਿਹੜਾ ਤੁਹਾਡੇ ਦਿਲ ਦੇ ਬੜਾ ਕਰੀਬ ਹੋਵੇ? ਹਾਂ, ਉਹ ਮੈਂ ਜ਼ਿਕਰ ਕੀਤਾ ਸੀ ਆਪਾਂ ਕਿ ਪ੍ਰਿੰਸ ਆਫ ਲਵ ਜਿਹੜਾ, ਹਾਂਜੀ ਹਾਂਜੀ ਸਰ, ਉਹ ਬੜਾ ਸੋਹਣਾ ਗੀਤ ਹੈ, ਮੈਂ ਤੁਹਾਨੂੰ ਉਹ ਸੁਣਾਉਣਾ ਹੈ। ਜੀ ਵੇ ਤੂੰ ਬਾਣੀ ਦਾ ਸਤਿਕਾਰ ਕਰੇ, ਤੇ ਫੇ ਤੇਰੀ ਬਾਣੀ ਕੌੜੀ ਕਿਉਂ, ਪੰਨ ਸੁੱਟਦੈ ਮੇਰੇ ਖਾਬ ਵੇ ਮਾਇਆ, ਹਾਏ ਵੇ ਕਰਕੇ ਬੌੜੀ ਬੌੜੀ ਕਿਉਂ, ਚੰਬ ਦਿਨੈ ਮੇਰਾ ਦਿਲ ਵੇ ਮਾਇਆ, ਮੱਥੇ ਫਿੱਕੀ ਪਾ ਕੇ
ਤਿਉੜੀ ਕਿਉਂ ਤਾਰਾ ਹੋ ਕੇ ਕਿਉਂ ਅਸਮਾਨ ਨਰਸਿਆ ਫਿਰਦਾ ਏ ਵੇ ਕਿਉਂ ਦੀਦ ਮੇਰੀ ਦਾ ਲੈਂਦਾ ਨਹੀਂ ਤੁਲਾਰਾ ਵੇ ਮੈਂ ਪੁੰਨ ਦਾਨ ਜੋ ਕੀਤੇ ਆਉਂਦਾ ਫਲ ਹੈ ਤੂੰ ਰੱਬ ਤੋਂ ਮੰਗ ਕੇ ਲਿਆ ਤੈਨੂੰ ਮੈਂ ਸ਼ਾਹਾਂ ਦੇ ਅਸ਼ਾਰਾ ਰੱਬ ਤੋਂ ਮੰਗ ਕੇ ਲਿਆ ਤੈਨੂੰ ਮੈਂ ਸ਼ਾਹਾਂ ਦੇ ਅਸ਼ਾਰਾ ਰੱਬ ਤੋਂ ਮੰਗ ਕੇ ਲਿਆ ਤੈਨੂੰ ਮੈਂ ਸ਼ਾਹਾਂ ਦੇ ਅਸ਼ਾਰਾ ਲਫ਼ਜ਼ ਨਹੀਂ ਸਾਡੇ ਕੋਲ ਤਾਰੀਫ਼ ਲਈ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਇਹ ਗਾਣਾ ਹੁਣ ਮੈਂ ਦੂਸਰੋਂ ਵੀ ਸੁਣੂੰਗਾ ਮੈਂ ਪਹਿਲੀ ਵਾਰੀ ਤੁਹਾਡੇ ਲਾਈਵ ਹੀ ਸੁਣਿਆ ਮੈਨੂੰ ਮੇਰਾ ਸਬੱਬ ਸੀਗਾ ਮੇਰੇ ਭਾਗ ਸੀਗੇ ਵੀਰ ਜੀ ਮਾਇੰਡ ਨਾ ਕਰਿਓ ਇੱਕ ਰਿਕੁਐਸਟ ਹੈ ਛੋਟੀ ਜੀ ਬੜਾ ਪਿਆਰਾ ਤੁਸੀਂ ਨਾ ਆ ਜਾਓ ਆ ਸੱਜਣਾ ਬਹੁਤ ਹੀ ਪਿਆਰਾ ਗਾਉਂਦੇ ਹੋ ਅਤੇ ਵਿਦ ਸਰਗਮ ਜੇਕਰ ਹੋ ਸਕੇ ਤਾਂ ਮੈਂ ਜ਼ਰੂਰ ਸੁਣਾ ਦਿੰਦਾ ਜੀ ਮੈਨੂੰ ਉਹਦੀ ਸਰਗਮ ਬਹੁਤ ਪਿਆਰੀ ਲੱਗਦੀ ਹੈ ਦੇਨਾ ਆ ਜਾਓ ਆ ਸਜਣਾ ਆ ਜਾਓ ਆ ਸਜਣਾ ਤੱਕਦੇ ਆ ਸਜਣਾ ਤੇਰੇ ਬਿਨ ਜੀ ਨਹੀਂ ਲੱਗਦਾ ਜ਼ਰਾ ਪਰ ਵੀ ਨਹੀਂ ਲੱਗਦਾ ਜਿਨ੍ਹਾਂ ਦੇ ਵਿਛੜੇ ਜਾਣੀ ਉਹਨਾਂ ਦੀ ਕੀ ਜ਼ਿੰਦਗਾਨੀ ਕਿਤੋਂ ਆ ਜਾ ਦਿਲ ਜਾਨੀ ਤੱਕ ਤੱਕ ਥੱਕੀਆਂ ਨੇ ਅੱਖੀਆਂ ਨਿਮਾਣੀਆਂ ਆ ਜਾਓ ਆ ਸਜਣਾ ਆ ਜਾਓ ਆ ਸਜਣਾ ਆ ਜਾਓ ਆ ਸਜਣਾ ਤੱਕਦੇ ਆ ਰਾ ਸਜਣਾ ਗਰੇ ਮਗਾ ਮਗਰੇ ਗਰੇ ਸਾਨੀ ਪਾਨੀ ਸਾਗਰੇ ਮਗਾ ਸਾਰੇ ਗਾ ਮਗਾ ਗਮ ਪਦਾ ਪਾ ਪਦਾ ਪਮ ਪਦਾ ਪਮ ਗਾ ਮਰੇ ਮਗਾ ਸਾਰੇ ਨੀ ਸਾ ਗਰੇ ਮਗਾ ਪਾ ਗਾ ਮਗਾ ਨੀ ਪਾ ਨੀਸਾ ਗਰੇ ਗਰੇ ਨੀਸਾ ਨੀ ਦਾ ਪਾਦਾ ਮਾ ਬਾ ਨੀ ਦਾ ਪਾਦਾ ਮਾ ਗਰੇ ਮਾ ਪਾਦਾ ਕਿਆ ਬਾਤ ਹੈ ਥੈਂਕ ਯੂ ਵੀਰ ਜੀ ਥੈਂਕ ਯੂ ਸੋ ਮਚ ਮੇਰਾ ਅੱਜ ਦਿਨ ਬਣ ਗਿਆ ਠੀਕ ਹੈ ਮੈਨੂੰ ਇਹ ਦਿਨ ਮੈਨੂੰ ਇੰਟਰਵਿਊ ਹਮੇਸ਼ਾ ਯਾਦ ਰਹੂਗੀ
ਤੁਹਾਡਾ ਸਾਰਿਆਂ ਹਮੇਸ਼ਾ ਦਾ, ਯਾਦ ਰਹੂਗੀ। ਤੁਹਾਡਾ ਹਰਮਨ ਬਾਈ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੀ ਹਰਮਨ ਪੋਡਕਾਸਟ ਦਾ, ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ, ਬਾਈ ਜੀ ਦਾ ਬਹੁਤ ਬਹੁਤ ਧੰਨਵਾਦ, ਸਰੋਤਿਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।